फास्ट वीज़ा इमीग्रेशन कंसल्टेंट्स, जो कि एक नाम ही नहीं बल्कि एक ब्रांड बन चुका है। फास्ट वीज़ा इमीग्रेशन के खेत्र में बहुत ही वधिया तरीके सेवावां दे रहा है। जेकर तुसी भी बाहर जाना चाहते हो तो एक बार फास्ट वीज़ा नाल जरूर कनैक्ट करो। इत्थे आईलैट्स, स्टडी वीज़ा, टूरिस्ट वीज़ा की सेवा बहुत ही वधिया तरीके उपलब्ध है। फास्ट वीज़ा लुधियाना और रायकोट विखे स्थित है। बीते दिन साड़ी पंजाब प्लस टी टीम ने फास्ट वीज़ा के लुधियाना ब्रांच का विशेष दौरा किया। मैडम उपासना और रजत जी नाल विशेष मुलाकात की। पेश है पंजाब प्लस टी टीम वालों एक रिपोर्ट। ਤੁਸੀਂ ਅੱਜ ਫਾਸਟ ਵੀਜ਼ਾ ਦੇ ਆਫਿਸ ਆਏ ਹੋ, ਕਿੱਦਾਂ ਲੱਗਿਆ ਤੁਹਾਨੂੰ? ਤੁਸੀਂ ਫਾਈਲ ਲਵਾਉਣੀ ਸੀ, ਕਿੱਦਾਂ ਲੱਗਿਆ? ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਫਾਈਲ ਜਿਹੜੀ ਬੜੀ ਡਿਟੇਲ ਨਾਲ ਦੱਸਦੇ ਨੇ, ਇਹ ਖੁਦ ਦੱਸਦੇ ਨੇ ਜਿਹੜੇ ਵੀ ਮੇਨ ਨੇ ਇਹਨਾਂ ਦੇ, ਉਹ ਸਾਰੀ ਫਾਈਲ ਆਪਣੇ ਹੱਥੀਂ ਤਿਆਰ ਕਰਦੇ ਨੇ ਅਤੇ ਆਪ ਚੈੱਕ ਕਰਾ ਕੇ ਦਿੰਦੇ ਨੇ ਕਲਾਇੰਟ ਨੂੰ। ਮਤਲਬ ਇਹਨਾਂ ਦੇ ਡਾਇਰੈਕਟਰ ਜਿਹੜੇ ਉਹ ਖੁਦ ਹੀ ਤੁਹਾਡੇ ਨਾਲ ਇੰਟੈਂਗਲ? ਹਾਂਜੀ, ਉਹ ਆਪ ਖੁਦ ਚੈੱਕ ਕਰਾ ਕੇ ਇਕੱਲੇ ਸਿਗਨੇਚਰ ਵਗੈਰਾ ਸਭ ਕੁਝ ਦੱਸਦੇ ਨੇ ਵੀ ਪੂਰੀ ਡਿਟੇਲ ਨਾਲ, ਬੰਦਾ ਸੈਟਿਸਫਾਈ ਹੁੰਦਾ ਜੀ। ਤੁਸੀਂ ਫਾਸਟ ਵੀਜ਼ਾ, ਤੁਹਾਨੂੰ ਕਿੱਦਾਂ ਪਤਾ ਲੱਗਿਆ ਕਿ ਫਾਸਟ ਵੀਜ਼ਾ 'ਤੇ ਮੈਂ ਜਾਵਾਂ? ਕਿਸੇ ਨੇ ਰੈਫਰ ਕਰਿਆ ਸੀ, ਬ੍ਰਦਰ ਦੇ ਕਿਸੇ ਨੋਨ ਸੀਗੇ, ਉਹਨਾਂ ਨੇ ਕਰਿਆ ਵੀ ਸਾਡਾ ਉੱਥੇ ਵੀਜ਼ਾ ਲੱਗਿਆ ਅਤੇ ਤੁਸੀਂ ਵੀ ਇੱਥੇ ਟਰਾਈ ਕਰੋ ਤਾਂ ਕਰਕੇ। ਦਰਸ਼ਕੋ, ਪੰਜਾਬ ਪਲੱਸ ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਮਿਲਣ ਜਾ ਰਹੇ ਹਾਂ ਫਾਸਟ ਵੀਜ਼ਾ ਇਮੀਗ੍ਰੇਸ਼ਨ ਦੇ ਮੈਡਮ ਉਪਾਸਨਾ ਜੀ ਦੇ ਨਾਲ, ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਆਪਣੇ ਸੇਵਾਵਾਂ ਦੇ ਰਹੇ ਨੇ ਲੁਧਿਆਣੇ ਵਿਖੇ ਔਰ ਰਾਏਕੋਟ ਵਿਖੇ। ਮੈਡਮ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮੱਚ। ਮੈਡਮ, ਸਾਨੂੰ ਦੱਸੋ ਫਾਸਟ ਵੇ ਜਿਹੜਾ ਫਾਸਟ ਵੀਜ਼ਾ ਇਮੀਗ੍ਰੇਸ਼ਨ ਹੈ ਕੀ ਹੈ, ਕਦੋਂ ਤੋਂ ਤੁਸੀਂ ਇਹਨੂੰ ਸਟਾਰਟ ਕੀਤਾ ਔਰ ਕਿਵੇਂ ਬੜੇ ਥੋੜ੍ਹੇ ਟਾਈਮ ਦੇ ਵਿੱਚ ਹੀ ਲੋਕਾਂ ਦੇ ਦਿਲਾਂ 'ਚ ਘਰ ਕਰ ਗਿਆ? ਜੀ ਜ਼ਰੂਰ ਦੱਸਣਾ ਚਾਹਾਂਗੀ। ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟ, ਇਹ ਆਫਿਸ ਸਾਡਾ ਬੇਸਡ ਹੈ ਲੁਧਿਆਣੇ ਵਿੱਚ, ਹੈੱਡ ਆਫਿਸ ਹੈ ਅਤੇ ਸਾਡਾ ਬ੍ਰਾਂਚ ਆਫਿਸ ਹੈ ਰਾਏਕੋਟ ਦੇ ਵਿੱਚ। ਸਾਨੂੰ ਅਸਟੈਬਲਿਸ਼ ਹੋਏ 8 ਸਾਲ ਹੋ ਗਏ ਹੈ ਅਤੇ ਅਸੀਂ ਇਹ 8 ਸਾਲਾਂ 'ਚ ਬਹੁਤ ਹੀ ਨਾਮ ਕਮਾਇਆ ਹੈ। ਐਂਡ ਦੱਸਣਾ ਚਾਹਾਂਗੀ ਕਿ ਸਾਰੇ ਆਫਿਸਰਸ ਜਿਹੜੇ ਨੇ, ਅਸੀਂ ਆਲਵੇਜ਼ ਆਫਿਸਿਸ 'ਚ ਹੀ ਹੁੰਦੇ ਹਾਂ, ਤੁਸੀਂ ਆ ਕੇ ਸਾਨੂੰ ਮਿਲ ਸਕਦੇ ਹੋ। ਐਂਡ ਵੀ ਡੂ ਡੀਲ ਇਨ, ਅਸੀਂ ਡੀਲ ਕਰਦੇ ਹਾਂ ਕੈਨੇਡਾ ਸਟੱਡੀ ਵੀਜ਼ਾ, ਵਿਸਟੋ ਵੀਜ਼ਾ, ਆਸਟ੍ਰੇਲੀਆ, ਨਿਊਜ਼ੀਲੈਂਡ ਐਂਡ ਸ਼ੈਨੀਗਨ, ਸਾਰੇ ਕੰਟਰੀਆਂ ਦਾ ਸਟੱਡੀ ਵਿਸਟੋ ਵੀਜ਼ਾ ਡੀਲ ਕਰਦੇ ਹਾਂ। ਮੈਡਮ, ਤੁਹਾਨੂੰ ਦੱਸੋ ਕਿ ਜਿਹੜਾ ਰਿਫਿਊਜ਼ਡ ਕੇਸ ਹੈ ਉਹਦੇ ਲਈ ਕਾਫ਼ੀ ਤੁਸੀਂ ਮੰਨੇ ਜਾਂਦੇ ਹੋ, ਕਿਵੇਂ? ਕਿਉਂਕਿ ਜਿਹੜਾ ਰਿਫਿਊਜ਼ਡ ਕੇਸ ਵਾਲੇ ਬੰਦੇ ਜਿਹੜੇ ਵੈਸੇ ਉਹਨਾਂ ਦਾ ਬਾਡੀ ਲੈਵਲ ਔਰ ਥੋੜ੍ਹਾ ਡਿਪਰੈਸ਼ਨ ਦਾ ਮਾਇੰਡ ਹੁੰਦਾ, ਲੇਕਿਨ ਉਹਨਾਂ ਨੂੰ ਵੀ ਤੁਸੀਂ ਅਪ ਕਰਕੇ ਅਤੇ ਉਹਨਾਂ ਦੇ ਵੀ ਵੀਜ਼ੇ ਜ਼ਿਆਦਾ ਲਗਾ ਦਿੰਦੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬਿਲਕੁਲ, ਦੱਸਣਾ ਚਾਹਾਂਗੀ ਫਾਸਟ ਵੀਜ਼ਾ ਇਮੀਗ੍ਰੇਸ਼ਨ ਦਾ ਤੁਸੀਂ ਚੈੱਕ ਕਰ ਸਕਦੇ ਹੋ ਰਿਵਿਊ। ਜ਼ਿਆਦਾਤਰ ਫਰੈਸ਼ ਪਾਸਪੋਰਟ 'ਤੇ ਵੀਜ਼ਾ ਤਾਂ ਹਰ ਕੋਈ ਲਗਾ ਦਿੰਦਾ, ਬਟ ਫਾਸਟ ਵੀਜ਼ਾ ਚੈਲੇਂਜ ਲੈਂਦਾ ਰਿਫਿਊਜ਼ ਕੇਸਿਸ 'ਤੇ ਵੀਜ਼ਾ ਲਗਾਉਣ ਦਾ। ਸੋ ਜੇਕਰ ਤੁਸੀਂ ਵੀ ਸਾਡੇ ਚੈਲੇਂਜ ਨੂੰ ਦੇਖਣਾ ਚਾਹੁੰਦੇ ਹੋ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ, ਬਿਕੋਜ਼ ਫਾਸਟ ਵੀਜ਼ਾ ਇਮੀਗ੍ਰੇਸ਼ਨ ਦਾ ਤੁਸੀਂ ਫੇਸਬੁੱਕ 'ਤੇ, ਇੰਸਟਾਗ੍ਰਾਮ ਪੇਜਸ 'ਤੇ ਚੈੱਕ ਕਰੋ, ਜਿੱਥੇ ਤੁਹਾਨੂੰ ਵੱਧ ਤੋਂ ਵੱਧ ਵੀਜ਼ਾਜ਼ ਉਹ ਵਾਲੇ ਮਿਲਣਗੇ ਜਿਹੜੇ ਰਿਫਿਊਜ਼ ਕੇਸਿਸ ਨੇ, ਉਹ ਵੀ ਇੱਕ ਵਾਰੀ, ਦੋ ਵਾਰੀ, ਕਈ ਪੰਜ ਪੰਜ ਛੇ ਛੇ ਵਾਰੀ ਰਿਫਿਊਜ਼ ਹੈ, ਬਟ ਉਹਦੇ ਬਾਵਜੂਦ ਫਾਸਟ ਵੀਜ਼ਾ ਨੇ ਸਕਸੈਸਫੁਲੀ ਉਹਨਾਂ ਨੂੰ ਵੀਜ਼ਾ ਦਵਾਇਆ, ਜੋ ਕਿ ਹੋਟਲ ਬੁਕਿੰਗ ਅਤੇ ਸਪੋਂਸਰ ਦੇ ਬੇਸਿਸ 'ਤੇ। ਮੈਡਮ, ਇਹਦਾ ਜਿਹੜਾ ਸਾਰਾ ਸਫਲਤਾ ਦਾ ਰਾਜ, ਅਸੀਂ ਇਹ ਮੰਨੀਏ ਕਿ ਤੁਸੀਂ ਖੁਦ ਫਾਈਲਾਂ ਜਿਹੜੀਆਂ ਹੈਗੀਆਂ ਲਗਾਉਂਦੇ ਹੋ ਔਰ ਖੁਦ ਜਿਹੜਾ ਹੈਗਾ ਇੰਟਰਵਿਊਇੰਗ ਕਰਦੇ ਹੋ ਹਰ ਗੱਲ ਦੇ ਵਿੱਚ? ਬਿਲਕੁਲ, ਦੱਸਣਾ ਚਾਹਾਂਗੀ ਕਿ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਆਫਿਸਰਸ ਬਹੁਤ ਨੇ, ਲੇਕਿਨ ਜਿਹੜੀ ਉਹਦੇ 'ਚ ਕੁਆਲਿਟੀ ਹੈ, ਯਾਨੀ ਕਿ ਜਿਹੜੀ ਕੁਆਲਿਟੀ ਆਫ ਫਾਈਲਿੰਗ ਹੈ, ਉਹ ਉਸ ਹੱਦ ਤੱਕ ਨਹੀਂ ਹੋ ਪਾਉਂਦੀ ਜੋ ਹੋਣੀ ਚਾਹੀਦੀ ਹੈ। ਬਥੇਰੇ ਬ੍ਰਾਂਡਸ ਨੇ, ਕੁਝ 2 ਸਾਲ ਪਹਿਲਾਂ ਦੇ, ਕੁਝ 25 ਸਾਲ ਪਹਿਲਾਂ ਦੇ, ਬਟ ਐਟ ਦੀ ਐਂਡ ਉਹ ਬ੍ਰਾਂਡਸ ਨੂੰ ਕੌਣ ਰੀਪ੍ਰਜੈਂਟ ਕਰਦਾ ਹੈ? ਉਹ ਬ੍ਰਾਂਡਸ ਨੂੰ ਰੀਪ੍ਰਜੈਂਟ ਕਰਦਾ ਹੈ ਸਟਾਫ। ਐਂਡ ਫਾਈਲਿੰਗ ਵਾਸਤੇ ਵੀ ਆਲਮੋਸਟ ਹਰ ਦਫ਼ਤਰ ਨੇ ਆਪਣੇ ਆਪਣੇ ਫਾਈਲਿੰਗ ਆਫਿਸਰਸ ਰੱਖੇ ਹੁੰਦੇ ਨੇ, ਜੋ ਕਿ ਤਜੁਰਬੇਦਾਰ ਹੁੰਦੇ ਨੇ ਜਾਂ ਕਈ ਫਰੈਸ਼ ਹੁੰਦੇ ਨੇ। ਇੱਕ ਕਲਾਇੰਟ ਨੂੰ ਨਹੀਂ ਪਤਾ ਹੁੰਦਾ ਵੀ ਇਹਦੇ ਕੋਲ ਕਿੰਨੀ ਕੁਆਲਿਟੀ ਹੈ ਜਾਂ ਕਿੰਨਾ ਇਸ ਕੁੜੀ ਕੋਲ ਐਕਸਪੀਰੀਅੰਸ ਹੈ। ਸੋ ਫਾਸਟ ਵੀਜ਼ਾ ਇਮੀਗ੍ਰੇਸ਼ਨ ਜੇ ਤੁਸੀਂ ਆਉਂਦੇ ਹੋ, ਸਭ ਤੋਂ ਖਾਸ ਗੱਲ ਇਹ ਹੋਊਗੀ ਕਿ ਜੋ ਆਫਿਸ ਦਾ ਮਾਲਿਕ ਹੈ, ਯਾਨੀ ਕਿ ਮੈਂ ਅਤੇ ਮਿਸਟਰ ਰਜਤ ਕਾਬਾ, ਅਸੀਂ ਦੋਨੋਂ ਹੀ ਤੁਹਾਡੀ ਫਾਈਲਸ ਪ੍ਰਪੇਅਰ ਕਰਾਂਗੇ। ਐਂਡ ਪਰਸਨਲੀ ਅਸੀਂ ਇੱਕ ਇੱਕ ਕਲਾਇੰਟ ਨੂੰ ਮਿਲਦੇ ਹਾਂ। ਇੱਕ ਸਟਾਫ ਨਾਲ ਮਿਲਣਾ ਅਤੇ ਇੱਕ ਮਾਲਕ ਦਾ ਮਿਲਣਾ ਬਹੁਤ ਫਰਕ ਹੁੰਦਾ ਉਹਦੇ ਵਿੱਚ, ਅਤੇ ਜਿਹੜੀ ਅਸੀਂ ਚੀਜ਼ ਤੁਹਾਨੂੰ ਦੱਸਣੀ ਉਹ ਬਿਲਕੁਲ ਜੈਨੂਇਨ ਦੱਸਣੀ ਹੈ। ਸੋ ਕਿਤੇ ਨਾ ਕਿਤੇ ਰਿਫਿਊਜ਼ ਕੇਸਿਸ 'ਚ ਜ਼ਿਆਦਾਤਰ ਜਿੱਤ ਹਾਸਲ ਕਰਨ ਦਾ ਕਾਰਨ ਇਹੀ ਹੈ ਕਿ ਅਸੀਂ ਆਪਣੀ ਜਿਹੜੇ ਕਲਾਇੰਟਸ ਦੀ ਫਾਈਲ ਹੈ ਉਹ ਅਸੀਂ ਖੁਦ ਹੀ ਪ੍ਰਪੇਅਰ ਕਰਦੇ ਹਾਂ। ਮੈਡਮ, ਅਗਰ ਵੀਜ਼ਾਜ਼ ਦੀ ਗੱਲ ਕਰੀਏ ਤਾਂ ਕਿਹੜੇ ਕਿਹੜੇ ਵੀਜ਼ੇ ਤੁਸੀਂ ਲਗਾਉਂਦੇ ਹੋ ਇੱਥੇ? ਅਸੀਂ ਸਾਰੀ ਕੰਟਰੀਜ਼ ਡੀਲ ਕਰਦੇ ਹਾਂ, ਕੈਨੇਡਾ ਸਟੱਡੀ ਵੀਜ਼ਾ, ਵਿਸਟੋ ਵੀਜ਼ਾ, ਆਸਟ੍ਰੇਲੀਆ, ਨਿਊਜ਼ੀਲੈਂਡ, ਸ਼ੈਨੀਗਨ ਐਂਡ USA, ਹਰ ਕੰਟਰੀ ਦਾ ਅਸੀਂ ਟੂਰਿਸਟ ਵੀਜ਼ਾ ਅਤੇ ਸਟੱਡੀ ਵੀਜ਼ਾ ਅਪਲਾਈ ਕਰਵਾਉਂਦੇ ਹਾਂ ਜੀ। ਮੈਡਮ, ਕੈਨੇਡਾ ਦੇ ਵੀਜ਼ੇ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਕਿਹੜੇ ਕਿਹੜੇ ਵੀਜ਼ੇ ਤੁਸੀਂ ਲਗਾਉਂਦੇ ਹੋ?
ਦੱਸਣਾ ਚਾਹਾਂਗੀ ਅਸੀਂ ਕੈਨੇਡਾ ਸਟੂਡੈਂਟ ਵੀਜ਼ਾ ਤੇ ਵਿਜ਼ਟਰ ਵੀਜ਼ਾ ਦੋਨੋਂ ਹੀ ਵੀਜ਼ਾਸ ਅਪਲਾਈ ਕਰਾਉਨੇ ਆ ਤੇ ਹੋਰ ਇਹਦੇ ਨਾਲ ਨਾਲ ਜਿਹੜਾ ਹੈਗਾ ਕੈਨੇਡਾ ਦੇ ਵਿੱਚ ਕਿਉਂ ਲੋਕ ਪ੍ਰੈਫਰ ਜ਼ਿਆਦਾ ਕੈਨੇਡਾ ਨੂੰ ਕਰਦੇ ਨੇ ਕੈਨੇਡਾ ਜੇ ਆਪਾਂ ਗੱਲ ਕਰੀਏ ਸਾਰੀ ਪੰਜਾਬੀਆਂ ਦੀ ਤਾਂ ਕੈਨੇਡਾ ਨੂੰ ਮਿੰਨੀ ਪੰਜਾਬ ਆਖਿਆ ਜਾਂਦਾ ਹੈ ਤੇ ਸਾਰੇ ਕਲਾਇੰਟਾਂ ਦਾ ਇੱਕ ਹੀ ਸੁਪਨਾ ਹੁੰਦਾ ਉਹ ਹੈ ਕੈਨੇਡਾ ਜਾਣਾ ਜੇ ਮੇਰੇ ਦਫ਼ਤਰ 'ਚ 100 ਕਲਾਇੰਟ ਆਏ ਤਾਂ 100 'ਚੋਂ 99.9% ਕਹਿੰਦੇ ਨੇ ਜੀ ਅਸੀਂ ਕੈਨੇਡਾ ਜਾਣਾ ਹੈ ਸੋ ਕੈਨੇਡਾ ਹਰ ਕਿਸੇ ਦੀ ਡ੍ਰੀਮ ਕੰਟਰੀ ਹੈ ਐਂਡ ਕੈਨੇਡਾ ਦੀ ਜੇ ਆਪਾਂ ਗੱਲ ਕਰੀਏ ਵਿਜ਼ਟਰ ਵੀਜ਼ਾ ਦੀ ਵਿਜ਼ਟਰ ਵੀਜ਼ਾ ਕਾਫੀ ਹੱਦ ਤੱਕ ਖੁੱਲ੍ਹੇ ਹੋਏ ਨੇ ਜਿਵੇਂ ਕਿ ਜੇ ਆਪਾਂ ਗੱਲ ਕਰੀਏ ਮੈਂ ਇਸ ਇੰਡਸਟਰੀ 'ਚ 2008 ਤੋਂ ਹਾਂ ਅਤੇ ਜੇ ਆਪਾਂ ਗੱਲ ਕਰੀਏ 2008 ਦੀ ਉਸ ਵੇਲੇ ਇੰਨੇ ਹੱਦ ਤੱਕ ਵੀਜ਼ਾਸ ਓਪਨ ਨਹੀਂ ਸੀ ਨਾ ਹੀ ਸਟੱਡੀ ਨਾ ਹੀ ਵਿਜ਼ਟਰ ਵੀਜ਼ਾ ਬਟ 2015-16 ਦੇ ਵਿੱਚ ਗਵਰਨਮੈਂਟ ਦੇ ਕਾਫੀ ਰੂਲਸ ਲੀਨੀਅੰਟ ਹੋ ਗਏ ਸੀ ਜਿਸ ਕਰਕੇ ਕੈਨੇਡਾ ਨੇ ਬਹੁਤ ਹੀ ਅੱਛੇ ਨੰਬਰਾਂ 'ਤੇ ਵੀਜ਼ਾਸ ਦਿੱਤੇ ਨੇ ਅਤੇ ਹੁਣ ਵੀ ਉਹ ਵੀਜ਼ਾਸ ਓਪਨ ਹੀ ਹੈ ਬਟ ਇਹ ਹੈ ਕਿ ਥੋੜ੍ਹਾ ਜਿਹਾ ਤੁਹਾਨੂੰ ਪ੍ਰੋਫਾਈਲ ਬਣਾਉਣਾ ਪੈਣਾ ਹੈ ਵੀਜ਼ਾ ਲੈਣ ਲਈ ਜੇ ਤੁਸੀਂ ਕਹੋ ਕਿ ਸਾਡੇ ਬਿਲਕੁਲ ਫਰੈਸ਼ ਡਾਕੂਮੈਂਟਸ ਹੈ ਫਰੈਸ਼ ਫੰਡਿੰਗ ਹੈ ਖੇਤੀਬਾੜੀ ਕਰਦੇ ਹੋ ਜੇ ਫੋਰਮ ਨਹੀਂ ਹੈ ਸੋ ਪ੍ਰੋਪਰ ਸਹੀ ਡਾਕੂਮੈਂਟ ਲਓ ਵੀਜ਼ਾ ਲੈਣਾ ਕੋਈ ਔਖ ਨਹੀਂ ਹੈ ਪਰ ਸਹੀ ਤਰੀਕੇ ਨਾਲ ਡਾਕੂਮੈਂਟ ਅਰੇਂਜ ਕਰਨਾ ਉਹਨੂੰ ਬਣਾਉਣਾ ਉਹ ਬਹੁਤ ਮੈਟਰ ਕਰਦਾ ਹੈ ਜੋ ਕਿ ਤੁਸੀਂ ਆਪ ਬਣਾਉਣੇ ਨੇ ਪਰ ਇੱਕ ਏਜੰਟ ਕਿਸ ਲਈ ਹੁੰਦਾ ਉਹ ਗਾਈਡੈਂਸ ਲਈ ਹੁੰਦਾ ਅਸੀਂ ਤੁਹਾਡੇ ਲਈ ਗਾਈਡੈਂਸ ਲਈ ਆ ਅਤੇ ਫਾਸਟ ਵੀਜ਼ਾ ਦੀ ਇੱਕ ਖਾਸ ਗੱਲ ਹੈ ਕਿ ਅਸੀਂ ਜੋ ਵੀ ਤੁਹਾਨੂੰ ਰਾਹ ਦਿਖਾਉਣੀ ਹੈ ਉਹ ਰਾਹ ਦਿਖਾਉਣੀ ਹੈ ਜੋ ਕਿ ਤੁਹਾਡੇ ਭਵਿੱਖ ਲਈ ਤੁਹਾਡੇ ਫਿਊਚਰ ਲਈ ਵਧੀਆ ਹੋਵੇ ਸੋ ਅਸੀਂ ਤੁਹਾਨੂੰ ਬਿਲਕੁਲ ਸਹੀ ਗਾਈਡ ਦੇਵਾਂਗੇ ਗਾਈਡੈਂਸ ਦੇਵਾਂਗੇ ਸਹੀ ਡਾਕੂਮੈਂਟਸ ਦੱਸਾਂਗੇ ਐਂਡ ਅਸਿਸਟ ਕਰਾਂਗੇ ਕਿ ਕਿੱਦਾਂ ਤੁਸੀਂ ਆਪਣੀ ਫਾਈਲ ਵਧੀਆ ਤਰੀਕੇ ਨਾਲ ਲਾਓ ਜਿਹਦੇ ਨਾਲ ਤੁਹਾਡੇ ਹੱਥਾਂ 'ਚ ਵੀਜ਼ਾ ਹੋਵੇ ਮੈਨੂੰ ਕੈਨੇਡਾ ਦਾ ਸਟੱਡੀ ਵੀਜ਼ਾ ਅਤੇ ਸਪੌਸਟ ਵੀਜ਼ੇ ਦੇ ਬਾਰੇ ਸਾਨੂੰ ਦੱਸੋ ਬਿਲਕੁਲ ਦੱਸਣਾ ਚਾਹਾਂਗੀ ਕੈਨੇਡਾ ਸਟੱਡੀ ਵੀਜ਼ਾ ਅੱਜ ਕੱਲ੍ਹ ਬੱਚੇ ਜਿਹੜੇ ਨੇ SDS ਕੈਟੇਗਰੀ ਦੇ ਅੰਦਰ ਜ਼ਿਆਦਾਤਰ ਆਪਣੀ ਫਾਈਲਸ ਅਪਲਾਈ ਕਰ ਰਹੇ ਨੇ ਸੋ SDS ਕੈਟੇਗਰੀ ਦੀ ਸਭ ਤੋਂ ਪਹਿਲਾਂ ਰਿਕੁਆਇਰਮੈਂਟ ਇਹ ਹੈ ਕਿ 6.5 ਈਚ ਬੈਂਡ ਹੋਣੇ ਚਾਹੀਦੇ ਹੈ ਬਟ ਕੁਝ ਕਾਲਜਸ ਨੇ ਜਿਹੜੇ 5.5 ਜਿਹਨੇ ਕਈ ਬੱਚਿਆਂ ਦੇ ਇੱਕ ਅੱਧੇ ਮੋਡਿਊਲ ਵਿੱਚ 5.5 ਬੈਂਡ ਰਹਿ ਰਹੇ ਨੇ ਸੋ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਅਪਲਾਈ ਹੋਏਗੀ ਉਹ ਜਨਰਲ ਕੈਟੇਗਰੀ ਦੇ ਅੰਦਰ ਹੋਊਗੀ SDS ਕੈਟੇਗਰੀ ਅਤੇ ਜਨਰਲ ਕੈਟੇਗਰੀ ਦੋਨਾਂ 'ਚ ਬਹੁਤ ਫਰਕ ਹੈ ਬਟ ਇਹ ਹੈ ਕਿ ਜੇ ਤੁਹਾਡਾ ਪ੍ਰੋਫਾਈਲ ਸਟਰੋਂਗ ਹੈ ਚਾਹੇ SDS ਹੋਵੇ ਜਾਂ ਨੋਨ SDS ਹੋਵੇ ਵੀਜ਼ਾ ਜ਼ਰੂਰ ਆਉਂਦਾ ਹੈ ਕੈਨੇਡਾ 3-4 ਸਾਲਾਂ ਦਾ 8-10 ਸਾਲਾਂ ਦਾ ਗੈਪ ਵੀ ਐਕਸੈਪਟ ਕਰ ਰਿਹਾ ਹੈ ਪਰ ਇਹ ਹੈ ਕਿ ਉਸ ਗੈਪ 'ਚ ਤੁਹਾਨੂੰ ਵੈਲਿਡ ਐਕਸਪੀਰੀਅੰਸ ਦਿਖਾਉਣਾ ਪੈਣਾ ਹੈ ਅਤੇ ਪ੍ਰੋਪਰ ਡਾਕੂਮੈਂਟੇਸ਼ਨ ਦਿਖਾਉਣੀ ਪੈਣੀ ਹੈ ਜਿਹ ਤੋਂ ਵੀਜ਼ਾ ਆਫਿਸਰ ਸੈਟਿਸਫਾਈਡ ਹੋਵੇ ਤੁਹਾਨੂੰ ਸਟੱਡੀ ਵੀਜ਼ਾ ਦੇਣ ਲਈ ਅਤੇ ਵੀਜ਼ਾ ਸਟੱਡੀ ਵੀਜ਼ਾ ਜਿਹੜਾ ਉਹ ਦੋ ਪ੍ਰਕਾਰ ਨਾਲ ਲੱਗ ਸਕਦਾ ਹੈ ਜਾਂ ਆਪਾਂ ਔਨਲਾਈਨ ਐਪਲੀਕੇਸ਼ਨ ਲਗਾ ਸਕਦੇ ਹਾਂ ਜਾਂ ਪੇਪਰ ਵੀਜ਼ਾ ਲੌਜਮੈਂਟ ਅਤੇ ਜਿਵੇਂ ਤੁਸੀਂ ਮੈਨੂੰ ਕਿਹਾ ਕਿ ਓਪਨ ਸਪਾਊਸ ਵਰਕ ਪਰਮਿਟ ਸੋ ਦੱਸਣਾ ਚਾਹਾਂਗੀ ਕੈਨੇਡਾ ਅੱਜ ਕੱਲ੍ਹ ਓਪਨ ਸਪਾਊਸ ਵਰਕ ਪਰਮਿਟ ਹੋ ਗਿਆ ਜਾਂ ਨੈਨੀ ਵੀਜ਼ਾਸ ਹੋ ਗਏ ਬਹੁਤ ਹੀ ਓਪਨ ਹੈ ਐਂਡ ਬਹੁਤ ਓਪਨ ਹੋਇਆ ਹੋਇਆ ਐਂਡ ਅਸੀਂ ਨੈਨੀ ਵਿਜ਼ਟਰ ਵੀਜ਼ਾਸ ਵੀ ਡੀਲ ਕਰਦੇ ਹਾਂ ਨੈਨੀ ਸਪੌਂਸਰ ਵੀਜ਼ਾਸ ਵੀ ਡੀਲ ਕਰਦੇ ਹਾਂ ਅਤੇ ਨਾਲ ਹੀ ਅਸੀਂ ਓਪਨ ਸਪਾਊਸ ਵਰਕ ਪਰਮਿਟ ਵੀ ਡੀਲ ਕਰਦੇ ਹਾਂ ਸੋ ਜਿਨ੍ਹਾਂ ਦੇ ਡਿਪੈਂਡੈਂਟਸ ਜਿਨ੍ਹਾਂ ਦੇ ਸਪਾਊਸ ਕੈਨੇਡਾ ਸਟੱਡੀ ਵੀਜ਼ਾ 'ਤੇ ਨੇ ਅਤੇ ਉਹਨਾਂ ਨੇ ਆਪਣੇ ਪਾਰਟਨਰਸ ਨੂੰ ਆਪਣੇ ਕੋਲ ਸਾਧਨਾ ਹੈ ਉਹਦੇ ਲਈ ਅਸੀਂ ਓਪਨ ਸਪਾਊਸ ਵਰਕ ਪਰਮਿਟ ਡੀਲ ਕਰਦੇ ਹਾਂ ਜਿਹਦੀ ਕੁਛ ਰਿਕੁਆਇਰਮੈਂਟ ਹੈ ਜੋ ਕਿ ਫੋਲੋ ਹੋਣੀ ਚਾਹੀਦੀ ਹੈ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਜਿਹੜੇ ਕਾਲਜਸ ਦੇ ਕੋਲ DLI ਇਸ਼ੂਡ ਹੈ ਸਿਰਫ ਉਹੀ ਕਾਲਜਸ ਦੇ ਬੱਚੇ ਆਪਣੇ ਸਪਾਊਸ ਨੂੰ ਬੁਲਾ ਸਕਦੇ ਨੇ ਯਾਨੀ ਕਿ ਸਰਕਾਰੀ ਕਾਲਜ SDS ਪਬਲਿਕ ਫੰਡਡ ਕਾਲਜਸ ਵਾਲੇ ਹੀ ਬੱਚੇ ਆਪਣੇ ਡਿਪੈਂਡੈਂਟ ਨੂੰ ਬੁਲਾ ਸਕਦੇ ਨੇ ਜੇ ਤੁਹਾਡੇ ਸਪਾਊਸ ਜਿਹੜਾ ਪਾਰਟਨਰ ਕੈਨੇਡਾ ਵਿੱਚ ਹੈ ਜੇ ਉਹ ਨੋਨ SDS 'ਚ ਹੈ ਜਾਂ ਉਹ ਕਾਲਜ ਵਿੱਚ ਹੈ ਜਿਹਦੇ ਕੋਲ DLI ਨੰਬਰ ਨਹੀਂ ਹੈ ਤਾਂ ਉਹ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਦੇ ਐਂਡ ਸਪਾਊਸ ਵੀਜ਼ਾ ਫਾਸਟ ਵੀਜ਼ਾ ਇਮੀਗ੍ਰੇਸ਼ਨ ਦੇ ਕਾਫੀ ਸਾਰੇ ਲੱਗੇ ਨੇ ਐਂਡ ਕਹਿੰਦੇ ਨੇ ਕਿ ਸਪਾਊਸ ਵੀਜ਼ਾ ਨੂੰ 3 ਮਹੀਨੇ ਲੱਗਦੇ ਨੇ ਬਟ ਫਾਸਟ ਵੀਜ਼ਾ ਦਾ ਰਿਕਾਰਡ ਹੈ ਕਿ 10 ਦਿਨਾਂ ਦੇ ਅੰਦਰ ਅੰਦਰ ਅਸੀਂ ਓਪਨ ਸਪਾਊਸ ਵਰਕ ਪਰਮਿਟ ਬਿਲਕੁਲ ਹੀ ਫਰੈਸ਼ ਪਾਸਪੋਰਟ 'ਤੇ ਫਸਟ ਅਪਲਾਈ 'ਤੇ ਲਗਾਇਆ ਹੋਇਆ ਸੋ ਤੁਸੀਂ ਆਓ ਸਾਡੇ ਨਾਲ ਸਾਡੇ ਲੱਗੇ ਹੋਏ ਵੀਜ਼ਾਸ ਦੇਖੋ ਐਂਡ ਇਨਫੈਕਟ ਅਸੀਂ ਤੁਹਾਨੂੰ ਆਪਣੇ ਯੂਟਿਊਬ ਫੇਸਬੁੱਕ ਪੇਜਸ ਵੀ ਦਿਖਾਵਾਂਗੇ ਜਿਹ 'ਚ ਤੁਹਾਨੂੰ ਕਲਾਇੰਟਸ 'ਤੇ ਇੰਟਰਵਿਊ ਦੇਖਣਗੇ ਜੋ ਕਿ ਤੁਹਾਨੂੰ ਦੱਸਣਗੇ ਫਾਸਟ ਵੀਜ਼ਾ 'ਤੇ ਸਾਡੀ ਸਰਵਿਸਿਜ਼ ਦੇ ਬਾਰੇ ਅਤੇ ਅਸੀਂ ਕਿੱਦਾਂ ਫਾਈਲਿੰਗ ਲਗਾਉਂਦੇ ਹਾਂ ਉਹਦੇ ਬਾਰੇ ਮੈਡਮ ਕੀ ਇਹਨੂੰ ਮੰਨੀਏ ਸੀ ਕਿ 10 ਸਾਲ ਦਾ ਜਿਹੜਾ ਤੁਹਾਡਾ ਤਜਰਬਾ ਹੈਗਾ ਉਹਦੇ ਨਾਲ ਹੀ ਦਿਨੋਂ ਦਿਨ ਮਤਲਬ ਜਿਸ ਤਰੀਕੇ ਨਾਲ ਤੁਸੀਂ ਮਿਹਨਤ ਕਰ ਰਹੇ ਹੋ ਔਰ ਅੱਜ ਵੀ ਉਨੀ ਮਿਹਨਤ ਕਰ ਰਹੇ ਹੋ ਅਤੇ ਔਰ ਤੁਹਾਡੇ ਨਾਲ ਜਿਹੜੇ ਤੁਹਾਡੇ ਪਾਰਟਨਰ ਨੇ ਗਾਬਾ ਜੀ ਤੁਹਾਡੇ ਹਸਬੈਂਡ ਉਹ ਵੀ ਬੜੀ ਪੂਰਾ ਮਤਲਬ ਇਸ ਚੀਜ਼ 'ਚ ਡੈਂਗਲ ਹੈ ਬਿਲਕੁਲ ਦੱਸਣਾ ਚਾਹਾਂਗੀ ਕਿ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ ਕਿ ਉਹਨੇ ਸਾਨੂੰ ਇੰਨੀ ਦਾਤ ਬਖਸ਼ੀ ਕਿ ਅਸੀਂ ਬਿਲਕੁਲ ਸਹੀ ਰਸਤੇ 'ਤੇ ਚੱਲ ਰਹੇ ਹਾਂ ਜਦ ਅਸੀਂ ਆਫਿਸ ਖੋਲ੍ਹਿਆ ਸੀ ਇੱਕ ਸੁਪਨੇ ਦੇ ਨਾਲ ਖੋਲ੍ਹਿਆ ਸੀ ਕਿ ਜਿਹੜੀ ਰਾਹ ਫੜਨੀ ਉਹ ਬਿਲਕੁਲ ਸਿੱਧੀ ਫੜਨੀ ਹੈ ਟੇਢੀ ਨਹੀਂ ਫੜਨੀ ਜੇ ਆਪਾਂ ਗੱਲ ਕਰੀਏ ਇਮੀਗ੍ਰੇਸ਼ਨ ਇੰਡਸਟਰੀ ਦੀ ਏਜੰਟਾਂ ਦੀ ਤਾਂ ਏਜੰਟਾਂ ਦਾ ਮਾਰਕੀਟ ਵਿੱਚ ਇਮੀਗ੍ਰੇਸ਼ਨ ਏਜੰਟਾਂ ਦਾ ਮਾਰਕੀਟ ਵਿੱਚ ਨੈਗੇਟਿਵ ਫੀਡਬੈਕ ਬਹੁਤ ਹੁੰਦਾ ਹੈ ਕਿਉਂਕਿ ਏਜੰਟ ਜ਼ਿਆਦਾਤਰ ਪੈਸੇ ਕਮਾਉਣ ਲਈ ਬੈਠੇ ਨੇ ਬਟ ਫਾਸਟ ਵੀਜ਼ਾ ਇਮੀਗ੍ਰੇਸ਼ਨ ਪੈਸਾ ਤਾਂ ਜ਼ਰੂਰ ਕਮਾਉਂਦਾ ਪਰ ਉਹਦੇ ਨਾਲ ਨਾਲ ਲੋਇਲਟੀ ਸਾਡਾ ਫਸਟ ਕੰਮ ਹੈ ਅਸੀਂ ਜਿਹੜੇ ਕਲਾਇੰਟ ਦਾ ਵੀਜ਼ਾ ਨਹੀਂ ਲੱਗਣਾ ਜਾਂ ਜਿਹਦਾ ਪ੍ਰੋਫਾਈਲ ਸਟਰੋਂਗ ਨਹੀਂ ਹੈ ਉਹਨੂੰ ਉਹੀ ਗਾਈਡ ਕਰਦੇ ਹਾਂ ਯਾਨੀ ਕਿ ਸਾਡਾ ਪਹਿਲਾ ਲੋਗੋ ਹੈ
ਸਹੀ ਜਾਣਕਾਰੀ ਦੇਣਾ, ਜਿਹਦੇ ਕਰਕੇ ਵਿਚਾਰੇ ਮਾਸੂਮ ਲੋਕ ਸਾਡੇ ਕੋਲ ਆਉਂਦੇ ਨੇ ਅਤੇ ਜੇ ਅਸੀਂ ਵੀ ਉਹਨਾਂ ਨੂੰ ਗਲਤ ਗਾਈਡ ਕਰੀਏ। ਸਾਡੇ ਲਈ ਜਦ ਸਾਡੇ ਕੋਲ ਕਲਾਇੰਟ ਆਉਂਦਾ ਉਹ ਸਾਨੂੰ ਰੱਬ ਮੰਨਦਾ, ਅਤੇ ਜੇ ਉਹ ਸਾਡੇ ਤੋਂ ਕੋਈ ਜਾਣਕਾਰੀ ਲੈ ਰਿਹਾ ਤਾਂ ਅਸੀਂ ਚੰਦ ਪੈਸਿਆਂ ਲਈ ਉਹਨੂੰ ਗਲਤ ਗਾਈਡ ਕਰੀਏ। ਉਹ ਕੋਈ ਆਪਣਾ ਕਿੱਲਾ ਵੇਚਦਾ, ਕੋਈ ਆਪਣਾ ਕਿੱਲਾ ਠੇਕੇ 'ਤੇ ਦੇ ਕੇ ਸਾਨੂੰ ਪੈਸੇ ਦਿੰਦਾ, ਸੋ ਅਸੀਂ ਉਹ ਚੀਜ਼ਾਂ 'ਚ ਨਹੀਂ ਬਿਲੀਵ ਕਰਦੇ। ਅਸੀਂ ਸਾਡੇ ਸਰਵਿਸ ਚਾਰਜ ਬਹੁਤ ਹੀ ਨੋਮੀਨਲ ਹੈ, ਸਭ ਤੋਂ ਪਹਿਲੀ ਚੀਜ਼ ਹੈ ਅਸੀਂ ਸਹੀ ਗਾਈਡੈਂਸ ਦਿੰਦੇ ਹਾਂ, ਉਹਦੇ ਬਾਅਦ ਕਲਾਇੰਟ ਦਾ ਵਿਚਾਰ ਹੁੰਦਾ ਵੀ ਉਹਨੇ ਫਾਈਲ ਲਗਾਉਣੀ ਹੈ ਜਾਂ ਨਹੀਂ ਲਗਾਉਣੀ। ਥੈਂਕ ਯੂ ਮੈਡਮ, ਥੈਂਕ ਯੂ ਸੋ ਮੱਚ, ਥੈਂਕਸ ਲੋਟ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਫਾਸਟ ਵੀਜ਼ਾ ਇਮੀਗ੍ਰੇਸ਼ਨ ਦੇ ਡਾਕਟਰ ਰਾਜੀ ਜੀ ਨਾਲ। ਸਰ ਤੁਹਾਡਾ ਸਵਾਗਤ ਹੈ। ਥੈਂਕ ਯੂ ਸੋ ਮੱਚ ਰਿਚੀ ਜੀ, ਥੈਂਕ ਯੂ ਸੋ ਮੱਚ। ਰਾਜੀ ਜੀ ਸਾਨੂੰ ਦੱਸੋ ਕਿ ਅੱਜ ਹਰ ਇੱਕ ਬੰਦੇ ਦਾ ਜਿਹੜਾ ਸੁਪਨਾ ਉਹ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਔਰ ਬਾਹਰ ਜਾਂਦਾ ਹੈ, ਦਿਲ ਜਿਹੜੇ ਹੈਗੇ ਆ ਉਹ ਭੱਜਦੇ ਨੇ ਹਰੇਕ ਬੰਦੇ ਦੇ, ਔਰ ਉਹਨਾਂ ਦਿਲਾਂ ਨੂੰ ਭੱਜਣ ਦੇ ਲਈ ਜਿੱਦਾਂ ਤੁਸੀਂ ਫਾਈਲਿੰਗ ਦਾ ਜਿਹੜਾ ਕੰਮ ਕਰਦੇ ਹੋ, ਫਾਈਲ ਦੇ ਵਿੱਚ ਹੀ ਸਟਰੋਂਗਨੈਸ ਜਿਹੜੀ ਵਿੱਚ ਪਾਉਂਦੇ ਹੋ, ਉਹਦੇ ਬਾਰੇ ਸਾਨੂੰ ਦੱਸੋ ਕਿ ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਜਦੋਂ ਮਤਲਬ ਫਾਈਲਿੰਗ ਅਗਲੇ ਨੇ ਕਰਨੀ ਬੰਦੇ। ਸਰ ਬਹੁਤ ਵਧੀਆ ਕੁਸ਼ਚਨ ਪੁੱਛਿਆ ਤੁਸੀਂ। ਅੱਜ ਕੱਲ੍ਹ ਦੇਖੋ ਹਰ ਕਲਾਇੰਟ ਬਾਹਰ ਜਾਣ ਨੂੰ ਬਹੁਤ ਇੰਟਰਸਟਿਡ ਹੈ, ਹਰ ਬੰਦਾ ਕਹਿੰਦਾ ਕਿ ਅਸੀਂ ਬਾਹਰ ਜਾਈਏ ਅਤੇ ਆਪਣੀ ਲਾਈਫ ਨੂੰ ਵਧੀਆ ਤਰੀਕੇ ਨਾਲ ਸਪੈਂਡ ਕਰੀਏ, ਅਤੇ ਇਸ ਚੀਜ਼ 'ਚ ਉਹ ਇੱਕ ਏਜੰਟ ਕੋਲ ਆਉਂਦਾ ਹੈ ਜਿਸ 'ਤੇ ਵਿਸ਼ਵਾਸ ਕਰਕੇ ਉਹ ਬਹੁਤ ਦੇਖਦਾ ਕਿ ਅਸੀਂ ਬਾਹਰ ਜਾਣਾ ਹੈ ਅਤੇ ਉਹ ਆਪਣਾ ਪੈਸੇ ਹਰ ਚੀਜ਼ ਲਗਾ ਕੇ ਬਾਹਰ ਜਾਣਾ ਚਾਹੁੰਦਾ, ਅਤੇ ਇੱਕ ਏਜੰਟ ਹੀ ਹੈ ਜੋ ਉਹਨੂੰ ਸਹੀ ਰਸਤਾ ਦਿਖਾ ਸਕਦਾ, ਅਤੇ ਇਸ ਕਰਕੇ ਜੇ ਕੁਛ ਹੁਣ ਆਪਾਂ ਫਾਈਲ ਲਗਾਉਣੀ ਹੈ ਅਤੇ ਅੰਬੈਸੀ ਵਿੱਚ ਉਹ ਸਿੱਧਾ ਡਾਇਰੈਕਟ ਨਹੀਂ ਜਾ ਸਕਦੇ, ਅਤੇ ਇੱਕ ਫਾਈਲ ਹੀ ਜਾਂਦੀ ਹੈ ਜੋ ਉਹਨਾਂ ਨੂੰ ਰਿਪ੍ਰਜੈਂਟ ਕਰਦੀ ਹੈ ਅਤੇ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ, ਅਤੇ ਇਸ ਵਿੱਚ ਅਸੀਂ ਉਹਨਾਂ ਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਾਂ, ਆਪਣੀ ਹਰ ਜਾਨ ਵਗੈਰਾ ਉਹਨਾਂ ਨੂੰ ਪ੍ਰੋਪਰ ਉਹਨੂੰ ਹਰ ਤਰੀਕੇ ਨਾਲ ਸੰਤੁਸ਼ਟ ਕਰਦੇ ਹਾਂ ਕਿ ਫਾਈਲ ਦੇ ਵਿੱਚ ਕੀ ਲੱਗਣਾ ਚਾਹੀਦਾ ਵੈ। ਸਰ ਸਾਨੂੰ ਦੱਸੋ ਕਿ ਰੀਜ਼ਨਿੰਗ ਜਿਹੜੀ ਹੈਗੀ ਆ ਉਹਦੇ ਲਈ ਵੀ ਕਈ ਵਾਰੀ ਫਾਈਲ ਰੁਕ ਜਾਂਦੀ ਆ, ਕਿ ਸਟਰੋਂਗ ਰੀਜ਼ਨਿੰਗ ਦਾ ਕਿਵੇਂ ਮਤਲਬ ਉਹ ਉਹਨੂੰ ਸਪੈਸੀਫਾਈ ਕਰਨ। ਕਈ ਵਾਰ ਇੱਦਾਂ ਜਿਹੜੇ ਏਜੰਟਸ ਆ ਉਹ ਕਹਿ ਦਿੰਦੇ ਆ ਕਿ ਸਾਡਾ ਬੰਦਾ ਜੀ ਤੁਹਾਨੂੰ ਕਰ ਲਏਗਾ, ਮਤਲਬ ਉਹ ਬੰਦੇ ਦੀ ਸਪੋਂਸਰੀ ਤੁਹਾਨੂੰ ਆ ਜਾਊਗੀ, ਔਰ ਉਹ ਬੰਦੇ ਦੀ ਸਪੋਂਸਰ ਆ ਗਏ ਔਰ ਬੰਦਾ ਕੀ ਇਹ ਲੀਗਲੀ ਜਿਹੜੇ ਵਧੀਆ ਬੰਦੇ ਆ ਜਿਹੜੇ ਆਪਦੇ ਬਾਕੀ ਰਿਸ਼ਤੇਦਾਰ ਹੈਗੇ ਆ ਉਹ ਉਹੀ ਉਹਨਾਂ ਦੇ ਥਰੂ ਹੀ ਬੰਦੇ ਨੂੰ ਜਾਣਾ ਚਾਹੀਦਾ। ਸਰ ਦੇਖੋ ਬਾਹਰ ਜਾਣ ਵਾਸਤੇ ਸਪੋਂਸਰਸ਼ਿਪ ਦੀ ਬਹੁਤ ਵਧੀਆ ਇੱਕ ਰੋਲ ਪਲੇ ਕਰਦਾ ਹੈ, ਅਤੇ ਇਹ ਚੀਜ਼ ਹੈ ਕਿ ਬੰਦੇ ਦੇ ਡਾਕੂਮੈਂਟ ਹੋਣੇ ਚਾਹੀਦੇ ਕਿ ਸਪੋਂਸਰ ਜੇ ਇੱਕ ਤਾਂ ਬਲੱਡ ਰਿਲੇਸ਼ਨ ਦੇ ਵਿੱਚ ਹੈ, ਜੇ ਆਪਣੇ ਫਸਟ ਰਿਲੇਸ਼ਨ 'ਚ ਹੈ ਤਾਂ ਉਹਦੀ ਬਹੁਤ ਵਧੀਆ ਮਤਲਬ ਪ੍ਰੈਫਰੈਂਸ ਹੁੰਦੀ ਹੈ। ਅੰਬੈਸੀ ਦੇਖਦੇ ਕਿ ਜਿੱਦਾਂ ਬਾਹਰ ਤੁਸੀਂ ਜਾ ਰਹੇ ਹੋ ਉਹਨੂੰ ਤਾਂ ਪਹਿਲੇ ਦੇਖਦੇ ਆ ਕਿ ਫਸਟ ਬਲੱਡ ਚਾਹੀਏ ਤਾਂ ਵੀ ਉਹਨੂੰ ਮੰਨਦੇ ਨੇ, ਅਤੇ ਦੂਸਰੀ ਚੀਜ਼ ਇਹ ਹੈ ਕਿ ਜੇ ਥਰਡ ਪਾਰਟੀ ਸਪੋਂਸਰ ਹੈ ਆਪਣੇ ਡਾਕੂਮੈਂਟ ਅੱਛੇ ਹੈ ਤਾਂ ਉਸ ਦੇ ਬਿਹਾਫ 'ਤੇ ਵੀ ਜਾਇਆ ਜਾ ਸਕਦਾ ਹੈ। ਜੇ ਕਿਸੇ ਪਰਸਨ ਕੋਈ ਸਪੋਂਸਰਸ਼ਿਪ ਨਹੀਂ ਵੀ ਹੈਗੀ ਅਤੇ ਉਹ ਖੁਦ ਦੇ ਉਹਨਾਂ ਦੇ ਅਗਰ ਆਪਣੇ ਫੰਡਸ ਅੱਛੇ ਨੇ ਜਾਂ ਅੱਛੇ ਟਾਈ ਅਪਸ ਇਨ ਇੰਡੀਆ ਜਾਂ ਕਿਸੇ ਕੰਟਰੀ 'ਚ ਹੈਗੇ ਨੇ ਉਸ ਬਿਹਾਫ 'ਤੇ ਵੀ ਉਹ ਬਾਹਰ ਜਾ ਸਕਦਾ ਹੈ। ਇੱਕ ਫਾਰਮਰ ਹੈ ਅੱਜ ਉਹਦਾ ਵੀ ਮਨ ਕਰਦਾ ਬਾਹਰ ਜਾਣ ਨੂੰ, ਇੱਕ ਦੁਕਾਨਦਾਰ ਹੈ ਕਿਉਂਕਿ ਮੰਦੇ ਦਾ ਦੌਰ ਆ ਉਹਦਾ ਵੀ ਮਨ ਕਰਦਾ, ਕੋਈ ਬਿਜ਼ਨਸਮੈਨ ਆ ਉਹ ਵੀ ਉਹ ਉੱਭ ਚੁੱਕੇ ਆ ਆਪਦੇ ਕੰਮਾਂ ਕਾਰਾਂ ਤੋਂ, ਉਹਨਾਂ ਦਾ ਵੀ ਦਿਲ ਕਰਦਾ ਬਾਹਰ ਜਾਣ ਨੂੰ। ਸਾਨੂੰ ਦੱਸੋ ਵੀ ਅਗਰ ਕੋਈ ਬੰਦਾ ਕਹਿੰਦੇ ਏਜ਼ ਉਹਦੀ ਵੱਧ ਹੋ ਜਾਵੇ, 50 ਸਾਲ ਤੋਂ ਟੱਪ ਜਾਵੇ, ਪੈਸੇ ਦੀ ਉਹਦੇ ਕੋਲ ਕੋਈ ਪ੍ਰੋਬਲਮ ਨਾ ਹੋਵੇ, ਤਾਂ ਕਿਵੇਂ ਮਤਲਬ ਚਾਹੇ ਉਹ ਫਾਰਮਰ ਆ, ਚਾਹੇ ਉਹ ਬਿਜ਼ਨਸਮੈਨ ਆ, ਚਾਹੇ ਉਹ ਕੋਈ ਸਰਵਿਸ ਵਾਲਾ ਬੰਦਾ ਹੈਗਾ, ਕਿਵੇਂ ਬਾਹਰ? ਸਰ ਬਿਲਕੁਲ ਵਧੀਆ ਕੀਤਾ ਕੁਸ਼ਚਨ ਪੁੱਛ ਕੇ। ਸਰ ਇਸ ਤਰ੍ਹਾਂ ਹੈ ਕਿ ਬਾਹਰ ਜਾਣ ਦੇ ਵਿੱਚ ਕੈਨੇਡਾ ਨੇ ਕੈਨੇਡਾ ਹੋ ਜਾਂ ਕੋਈ ਹੋਰ ਵੀ ਕਿਸੇ ਵੀ ਕੰਟਰੀ 'ਤੇ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੀ ਲਾਈਫ ਸੈਟਲ ਕਰਨਾ ਚਾਹ ਰਹੇ ਹੋ, ਬਹੁਤ ਸਾਰੀ ਆਪਸ਼ਨਸ ਹਰ ਕੰਟਰੀ ਨੇ ਕੱਢੀਆਂ ਹੋਈਆਂ ਕਿ ਤੁਸੀਂ PR ਦੇ ਬੇਸਿਸ 'ਤੇ ਜਾ ਸਕਦੇ ਹੋ, ਤੁਸੀਂ ਬਿਜ਼ਨਸ ਇੰਟਰਪ੍ਰੀਨਰ ਵੀਜ਼ਾ ਲੈ ਸਕਦੇ ਹੋ, ਤੁਸੀਂ ਟੂਰਿਸਟ ਵੀਜ਼ਾ ਜੇ ਬੰਦਾ ਵੈਸੇ ਥੋੜ੍ਹਾ ਸ਼ੋਰਟ ਟਾਈਮ ਵਾਸਤੇ ਜਾ ਸਕਦਾ, ਬੰਦਾ ਟੂਰਿਸਟ ਵੀਜ਼ਾ 'ਤੇ ਜਾ ਸਕਦਾ ਕਿ ਤਾਂ ਕਿ ਜਾ ਕੇ ਬਾਹਰ ਐਕਸਪਲੋਰ ਕਰੇ, ਬਹੁਤ ਸੋਹਣੀ ਸੋਹਣੀ ਕੰਟਰੀਜ਼ ਨੇ, ਬਾਹਰ ਬੰਦਾ ਜਾ ਸਕਦਾ ਹੈ। ਇੱਥੋਂ ਵੀ ਬਿਜ਼ਨਸਮੈਨ ਹੈ ਜਾਂ ਫਾਰਮਰ ਹੈ, ਹਰ ਇੱਕ ਦਾ ਡ੍ਰੀਮ ਹੈ ਕਿ ਅਸੀਂ ਬਾਹਰ ਜਾਈਏ, ਆਪਣੀ ਲਾਈਫ ਨੂੰ ਥੋੜ੍ਹਾ ਸੈਟਲ ਕਰੀਏ, ਇੰਡੀਆ ਦੇ ਵਿੱਚ ਆਪਣਾ ਕੰਮ ਕਰੀਏ, ਹੁਣ ਚਾਹੁੰਦੇ ਕਿ ਅਸੀਂ ਆਪਣੇ ਅੱਗੇ ਫਿਊਚਰ ਆਉਣ ਵਾਸਤੇ ਆਪਣੇ ਬੱਚਿਆਂ ਨੂੰ ਵਧੀਆ ਜ਼ਿੰਦਗੀ ਵਧੀਆ ਲਾਈਫ ਸਟਾਈਲ ਦੇ ਸਕੀਏ, ਅਤੇ ਕਾਫੀ ਆਪਸ਼ਨਸ ਨੇ ਉਹਦੇ ਵਾਸਤੇ, ਤੁਸੀਂ ਆਪਣੇ ਬਾਹਰ ਜਾ ਕੇ ਲਾਈਫ ਸੈਟ ਕਰ ਸਕਦੇ ਹੋ, ਤੁਸੀਂ ਟੂਰਿਸਟ ਵੀਜ਼ਾ 'ਤੇ ਜਾ ਕੇ, ਉੱਥੇ ਓਪਨ ਸਪਾਊਸ ਵਰਕ ਪਰਮਿਟ 'ਤੇ ਜਾ ਕੇ, ਨੈਣੀ ਵੀਜ਼ਾ 'ਤੇ ਜਾ ਕੇ, ਬਿਜ਼ਨਸ ਵੀਜ਼ਾ 'ਤੇ ਜਾ ਕੇ ਆਪਣੇ ਆਪਣੇ ਆਪ ਨੂੰ ਉੱਥੇ ਸੈਟਲ ਕਰ ਸਕਦੇ ਹੋ। ਸਰ ਤੁਸੀਂ ਨੈਣੀ ਵੀਜ਼ਾ ਦੀ ਗੱਲ ਕਰੀ, ਨੈਣੀ ਵੀਜ਼ਾ ਜਿਹੜਾ ਹੈਗਾ ਵਿੱਚ ਦੀ ਥੋੜ੍ਹਾ ਜਿਹਾ ਜ਼ਿਆਦਾ ਪ੍ਰੋਬਲਮ ਸੀਗੀ, ਲੋਕ ਕਹਿ ਰਹੇ ਸੀਗੇ ਕਿ ਨੈਣੀ ਵੀਜ਼ਾ ਬੰਦ ਹੋ ਗਿਆ, ਹੁਣ ਤੁਹਾਨੂੰ ਦੱਸੋ ਕਿ ਨੈਣੀ ਵੀਜ਼ਾ ਨੇ ਹੁਣ ਕਿਵੇਂ ਕਾਫੀ ਜ਼ਿਆਦਾ ਜਿਹੜੀ ਹੈਗੀ ਨੈਨੀਜ਼ ਮੰਗੀਆਂ ਹੈਗੀਆਂ ਬਾਹਰ? ਸਰ ਇਸ ਤਰ੍ਹਾਂ ਕਿ ਰਿਕੁਆਇਰਮੈਂਟਸ ਤੋਂ ਹਮੇਸ਼ਾ ਰਹਿਤੀ ਹੈ ਹਰ ਚੀਜ਼ ਕੀ, ਨੈਨੀਜ਼ ਹੋ ਜਾਏ, ਫਾਰਮਰਸ ਹੋ ਜਾਏ ਜਾਂ ਕਿਸੀ ਵੀ ਫੀਲਡ ਮੇ ITs ਹੋ ਜਾਏ, ਹਰ ਚੀਜ਼ ਕੀ ਰਿਕੁਆਇਰਮੈਂਟ ਰਹਿਤੀ ਹੈ ਕਿ ਉਸ ਚੀਜ਼ ਕੋ ਲੈ ਕੇ ਨੈਨੀ ਕਭੀ ਬੰਦ ਤੋਂ ਨਹੀਂ ਹੋਈ ਵੀਜ਼ਾ ਕੇ ਲੀਏ। ਹਾਂ ਪਹਿਲੇ ਥੋੜ੍ਹਾ ਸਾ ਥਾ ਕਿ ਅਬ ਉਨਕੋ LMIs ਚਾਹੀਏ ਹੋਤੀ ਥੀ, ਜੋਬ ਲੈਟਰਸ ਡਿਮਾਂਡ ਥੀ, ਅਬ ਉਹਨਾਂ ਨੇ ਥੋੜ੍ਹਾ ਸਾ ਸਿਸਟਮ ਥੋੜ੍ਹਾ ਸਾ ਈਜ਼ੀ ਵੀ ਕਰ ਦਿਆ ਹੈ, ਕਿ ਸਾਥ ਨਾਲ ਦੀ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਸਪੋਂਸਰਸ਼ਿਪ ਬੇਸਿਸ 'ਤੇ ਸਿੰਪਲ ਜਿਸ ਕਿਸੇ ਨੇ ਬੁਲਾਉਣਾ ਬਾਹਰ ਉਸ ਡਾਇਰੈਕਟਲੀ ਸਪੋਂਸਰ ਦੇ ਸਕਦਾ ਹੈ ਅਤੇ ਉਹਨਾਂ ਨੂੰ ਨੈਨੀ ਨੂੰ ਬੁਲਾ ਸਕਦਾ ਹੈ।
ਔਰ ਉਹ ਬੱਚੇ ਕਈ ਵਾਰੀ ਫਰਸਟ੍ਰੇਟ ਹੋ ਜਾਂਦੇ ਆ ਕਿਉਂਕਿ ਜਿਹੜਾ ਪਹਿਲਾਂ ਜਾਂ ਅਨੁਸਾਰ ਜਿਹੜਾ ਹੈਗਾ ਇਹ ਉਹਨਾਂ ਲਈ ਬੜਾ ਅਖਿਆਈ ਦਾ ਕੰਮ ਹੁੰਦਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਬਿਲਕੁਲ ਜੀ ਬਿਲਕੁਲ, ਦੇਖੋ ਪੇਰੈਂਟਸ ਨੇ ਜੋ ਪੇਰੈਂਟਸ ਆਪਣੇ ਹਰ ਚੀਜ਼ ਲਗਾ ਕੇ ਆਪਣੇ ਵੱਲੋਂ ਪੈਸੇ ਹਰ ਚੀਜ਼ ਲਗਾ ਕੇ ਆਪਣੇ ਬੱਚੇ ਨੂੰ ਭੇਜਦੇ ਨੇ, ਉਹਨਾਂ ਨੂੰ ਵੀ ਐਕਸਪੈਕਟੇਸ਼ਨ ਹੁੰਦੀ ਹੈ, ਫੜ ਕੇ ਵੀ ਪੈਸੇ ਭੇਜਦੇ ਨੇ, ਕੋਈ ਲੋਕ ਕਾਫੀ ਕਠਿਨਾਈ ਨਾਲ ਭੇਜਦੇ, ਕੋਈ ਲੋਨ ਲੈ ਕੇ ਭੇਜਦਾ ਹੈ ਅਤੇ ਉਹਨਾਂ ਨੂੰ ਐਕਸਪੈਕਟ ਹੁੰਦਾ ਕਿ ਹੁਣ ਬੱਚਾ ਬਾਹਰ ਸਾਡਾ ਚਲਾ ਗਿਆ ਅਤੇ ਹੁਣ ਸਾਨੂੰ ਵੀ ਭੇਜੇ, ਬਟ ਥੋੜ੍ਹਾ ਜਿਹਾ ਪੇਰੈਂਟਸ ਨੂੰ ਕਹਿੰਦੇ ਜਾਵਾਂਗੇ, ਥੋੜ੍ਹਾ ਪੇਰੈਂਟਸ ਨੂੰ ਵੀ ਥੋੜ੍ਹਾ ਸਬਰ ਰੱਖਣਾ ਪਏਗਾ ਉਸ ਬਾਰੇ ਕਿ ਪਹਿਲੇ ਹਜੇ ਤਾਂ ਬੱਚਾ ਗਿਆ ਹੈ, ਉਹ ਹਜੇ ਉਹਨੂੰ ਉੱਥੇ ਜਾ ਕੇ ਆਪਣੇ ਆਪ ਨੂੰ ਸੈਟਲ ਡਾਊਨ ਕਰਨਾ ਹੈ ਅਤੇ ਉਹਨੂੰ ਘੱਟੋ ਘੱਟ ਸਾਲ ਦੀ ਵੇਟ ਕਰਨਾ ਪਏਗਾ। ਬੱਚੇ ਇੰਨੇ ਤਾਂ ਅੱਜ ਕੱਲ੍ਹ ਕਾਬਿਲ ਹੁੰਦੇ ਕਿ ਬੱਚੇ ਉੱਥੇ ਜਾ ਕੇ ਆਪਣੀ ਫੀਸ ਵਗੈਰਾ ਅਤੇ ਆਪਣੇ ਆਪ ਨੂੰ ਅਫੋਰਡ ਕਰ ਲੈਂਦੇ ਨੇ, ਬਟ ਅਗਰ ਅਸੀਂ ਸੋਚਿਆ ਕਿ ਬੱਚਾ ਆ ਕੇ ਇੰਡੀਆ ਵੀ ਅਗਰ ਵਾਪਸ ਪੈਸੇ ਭੇਜੇ ਉਹਦੇ ਵਾਸਤੇ ਥੋੜ੍ਹਾ ਉਹਨਾਂ ਨੂੰ ਵੇਟ ਕਰਨਾ ਪਏਗਾ। ਰਾਜੀ ਜੀ, ਪੰਜਾਬ ਪਲੱਸ ਦੇ ਮਾਧਿਅਮ ਦੇ ਉੱਤੇ ਤੁਹਾਡੇ ਜਾਣਕਾਰੀਆਂ, ਕਿਉਂਕਿ ਅਸੀਂ ਹਮੇਸ਼ਾ ਦਰਸ਼ਕਾਂ ਨੂੰ ਅਵੇਅਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਔਰ ਅਸੀਂ ਚਾਹਾਂਗੇ ਕਿ ਤੁਹਾਡੀਆਂ ਜਿਹੜੀਆਂ ਸੇਵਾਵਾਂ ਜਿਸ ਤਰੀਕੇ ਨਾਲ ਤੁਸੀਂ ਸਾਨੂੰ ਦੇ ਰਹੇ ਹੋ ਉਸ ਤਰੀਕੇ ਨਾਲ ਅਸੀਂ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਕਰੀਏ ਔਰ ਨਵੇਂ ਲਾਸ, ਕਿਉਂਕਿ ਤੁਸੀਂ ਹਮੇਸ਼ਾ ਅਪਡੇਟ ਰਹਿੰਦੇ ਹੋ ਜਿੱਦਾਂ ਤੁਹਾਡੀਆਂ ਫਾਈਲ ਜਿਹੜਾ ਧੜਾ ਧੜ ਤੁਸੀਂ ਹਿੰਮਤ ਕਰਦੇ ਹੋ ਦੋਨੇ ਜਾਣੇ ਔਰ ਹਰੇਕ ਨਵੇਂ ਰੂਲ ਨੂੰ ਪਹਿਲਾਂ ਹੀ ਆਪਣੇ 'ਚ ਦੇਖ ਲੈਂਦੇ ਹੋ ਔਰ ਫਾਈਲ ਲਗਾਉਣ ਲੱਗੇ ਉਹ 'ਚ ਜ਼ਿਆਦਾ ਧਿਆਨ ਰੱਖਦੇ ਹੋ। ਅਸੀਂ ਚਾਹਾਂਗੇ ਕਿ ਹਮੇਸ਼ਾ ਤੁਹਾਡੇ ਜਿਹੜੇ ਹੈਗੇ ਆ ਨਾਲ ਅਸੀਂ ਗੱਲਬਾਤ ਕਰਦੇ ਰਹੀਏ ਔਰ ਤੁਹਾਡੇ ਵਿਊਜ਼ ਆ ਜਿਹੜੇ ਸਾਡੇ ਦਰਸ਼ਕਾਂ ਨਾਲ ਸਾਂਝੇ ਹੁੰਦੇ ਰਹਿਣ। ਤੁਹਾਡਾ ਬਹੁਤ ਬਹੁਤ ਥੈਂਕ ਯੂ ਰਿਚੀ ਜੀ, ਤੁਹਾਡੇ ਮਾਧਿਅਮ ਰਾਹੀਂ ਸਾਨੂੰ ਵੀ ਵਧੀਆ ਪਲੇਟਫਾਰਮ ਮਿਲਦਾ ਕਿ ਅਸੀਂ ਦਰਸ਼ਕਾਂ ਨੂੰ ਜਾਗਰੂਕ ਕਰ ਸਕੀਏ ਅਤੇ ਉਹਨਾਂ ਨੂੰ ਸਹੀ ਗਾਈਡੈਂਸ ਦੇ ਸਕੀਏ ਅਤੇ ਇਸ ਕਰਕੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆ ਕੇ ਮਿਲਦੇ ਰਹਿੰਦੇ ਹੋ। ਥੈਂਕ ਯੂ। ਦੱਸਣਾ ਚਾਹਾਂਗੀ ਫਾਸਟ ਵੀਜ਼ਾ ਇਮੀਗ੍ਰੇਸ਼ਨ ਇੱਕ ਇਹੋ ਜਿਹਾ ਬ੍ਰਾਂਡ ਹੈ ਜਿਹਤੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਐਂਡ ਫਾਸਟ ਵੀਜ਼ਾ ਇਮੀਗ੍ਰੇਸ਼ਨ ਕ੍ਰੀਏਟਰਸ ਜਿਹੜੇ ਨੇ ਉਹ ਹੈ ਮਿਸਟਰ ਰਜਤ ਗਾਬਾ ਜੋ ਕਿ ਡਾਇਰੈਕਟਰ ਨੇ ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟਸ ਦੇ, ਐਂਡ ਮਿਸ ਉਪਾਸਨਾ ਗਾਬਾ ਜੋ ਕਿ ਤੁਹਾਡੇ ਸਾਹਮਣੇ ਹੀ ਹੈ। ਸੋ ਦੱਸਣਾ ਚਾਹਾਂਗੀ ਅਸੀਂ ਫਾਸਟ ਵੀਜ਼ਾ ਇਮੀਗ੍ਰੇਸ਼ਨ ਆਫਿਸ ਖੋਲ੍ਹਿਆ ਸੀ ਅੱਜ ਤੋਂ 5-7 ਸਾਲ ਪਹਿਲਾਂ ਇੱਕ ਪੋਜ਼ਿਟਿਵ ਸੋਚ ਲੈ ਕੇ ਕਿ ਜਿਹੜਾ ਅਸੀਂ ਕੰਮ ਕਰਾਂਗੇ ਉਹ ਬਿਲਕੁਲ ਲੋਇਲ ਕਰਾਂਗੇ। ਇਮੀਗ੍ਰੇਸ਼ਨ ਆਫਿਸ ਖੋਲ੍ਹੇ ਤਾਂ ਬਥੇਰੇ ਲੋਕਾਂ ਨੇ ਹੋਏ ਨੇ, ਲੋਇਲਟੀ ਦਾ ਕੰਮ ਜਿਹੜਾ ਨੇ ਉਹ ਕੁਛ ਇੱਕ ਹੀ ਕਰਦੇ ਨੇ। ਸੋ ਸਾਨੂੰ ਗਰਵ ਮਹਿਸੂਸ ਹੁੰਦਾ ਆਪਣੇ ਆਪ 'ਤੇ ਕਿ ਅਸੀਂ ਜੋ ਵੀ ਕੰਮ ਕਰਦੇ ਹਾਂ ਉਹ ਬਿਲਕੁਲ ਲੋਇਲਟੀ ਨਾਲ ਕਰਦੇ ਹਾਂ। ਕਲਾਇੰਟ ਦੇ ਸਾਹਮਣੇ ਪਿਕਚਰ ਹੁੰਦੀ ਹੈ ਵੀ ਅਸੀਂ ਉਹਦੀ ਫਾਈਲ 'ਚ ਕੀ ਕਰ ਰਹੇ ਹਾਂ। ਕਈ ਵਾਰੀ ਸਾਡੇ ਕੋਲ ਕਲਾਇੰਟ ਆਉਂਦਾ ਉਹਨੂੰ ਪਤਾ ਹੀ ਨਹੀਂ ਹੁੰਦਾ ਵੀ ਪਿਛਲੀ ਫਾਈਲ 'ਚ ਉਹਦੇ ਕੀ ਗਿਆ ਸੀ। ਫਾਸਟ ਵੀਜ਼ਾ ਇਮੀਗ੍ਰੇਸ਼ਨ ਇੱਕ ਫਾਈਲ 'ਤੇ 4-5 ਘੰਟੇ ਆਰਾਮ ਨਾਲ ਲਗਾਉਂਦਾ ਅਤੇ ਤੁਸੀਂ ਇਹ ਕੈਮਰਾ ਰਿਵਾਈਜ਼ ਕਰਕੇ ਦਿਖਾਉਣਗੇ। ਅੱਜ ਵੀ ਮੇਰੇ ਆਫਿਸ 'ਚ ਕਲਾਇੰਟ ਬੈਠੇ ਨੇ ਜੇ ਕਿ ਜੋ ਕਿ ਦੁਪਹਿਰ 12 ਵਜੇ ਦੇ ਬੈਠੇ ਹੋਏ ਨੇ ਅਤੇ ਇਟਸ ਬੀਂਗ ਲਾਈਕ ਆਲਰੇਡੀ 5:30 ਹੋ ਰਹੇ ਨੇ। ਸੋ ਵੇਟਿੰਗ 'ਚ ਹੀ ਨੇ ਬਿਕੋਜ਼ ਅਸੀਂ ਹੋਰ ਕਲਾਇੰਟਸ ਨਾਲ ਬਿਜ਼ੀ ਸੀ। ਸੋ ਫਾਸਟ ਵੀਜ਼ਾ ਇੱਕ ਬਹੁਤ ਹੀ ਲੋਇਲ ਬ੍ਰਾਂਡ ਹੈ ਜਿਹਤੇ ਤੁਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕਦੇ ਹੋ। ਐਂਡ ਸਰ ਤੁਸੀਂ ਦੱਸਣਾ ਚਾਹੋਗੇ ਅੱਜ ਕੱਲ੍ਹ ਆਸਟ੍ਰੇਲੀਆ ਦਾ ਵਰਕ ਹੋਲੀਡੇ ਵੀਜ਼ਾ ਕਾਫੀ ਸਾਰਾ ਤੁਸੀਂ ਚੈੱਕ ਕਰ ਰਹੇ ਹੋਗੇ ਫੇਸਬੁੱਕ 'ਤੇ, ਯੂਟਿਊਬ, ਇੰਸਟਾਗ੍ਰਾਮ 'ਤੇ ਕਾਫੀ ਐਡ ਚੱਲ ਰਹੀ ਹੈ ਐਂਡ ਸਾਨੂੰ ਵੀ ਬਹੁਤ ਸਾਰੀ ਕਾਲਸ ਆ ਰਹੀ ਹੈ ਇਹਨੂੰ ਲੈ ਕੇ। ਸੋ ਸਰ ਥੋੜ੍ਹਾ ਜਿਹਾ ਚਾਨਣਾ ਪਾਓਗੇ ਜੀ ਇਹਦੇ ਬਾਰੇ ਵੀ, ਆਸਟ੍ਰੇਲੀਆ ਵਰਕਿੰਗ ਹੋਲੀਡੇ ਵੀਜ਼ਾ ਜੋ ਕਿ UK ਨੇ 2009 'ਚ ਖੋਲ੍ਹਿਆ ਸੀ WHM ਵੀਜ਼ਾ। ਸੋ ਠੀਕ ਉਸੇ ਤਰੀਕੇ ਨਾਲ ਆਸਟ੍ਰੇਲੀਆ ਨੇ WHM ਵੀਜ਼ਾ ਖੋਲ੍ਹਣਾ ਹੈ ਜਾਂ ਖੋਲ੍ਹਣ ਜਾ ਰਹੇ ਨੇ ਉਹਦੇ ਬਾਰੇ ਕੁਛ ਚਾਨਣਾ ਪਾਓਗੇ ਜੀ? ਬਿਲਕੁਲ ਜੀ, ਅੱਜ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਸਟ੍ਰੇਲੀਆ ਨੇ ਇੱਕ ਨਿਊ ਵਰਕ ਹੋਲੀਡੇ ਵੀਜ਼ਾ ਓਪਨ ਕਰਨ ਜਾ ਰਿਹਾ। ਉਹਦੇ ਵਿੱਚ ਹਜੇ ਤੱਕ ਕਾਫੀ ਏਜੰਟਸ ਪ੍ਰਮੋਟ ਕਰ ਰਹੇ ਨੇ ਕਿ ਉਹਨੂੰ ਲੈ ਕੇ ਕਲਾਇੰਟਸ ਦੀ ਕਾਲ ਵੀ ਆ ਰਹੀ ਹੈ ਕਿ ਅਸੀਂ ਇਹ ਵੀਜ਼ਾ ਨੂੰ ਅਪਲਾਈ ਕਰਨਾ ਚਾਹ ਰਹੇ ਹਾਂ। ਬਟ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰਨਾ ਚਾਹਾਂਗਾ ਕਿ ਅਜੇ ਤੱਕ ਆਸਟ੍ਰੇਲੀਆ ਨੇ ਇੰਡੀਆ ਨੂੰ ਉਸ ਦੇ ਵਿੱਚ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਹੋਇਆ ਅਤੇ ਇਸ ਗਲਤ ਹਜੇ ਇੰਟੀਮੇਸ਼ਨ ਨੂੰ ਜਿਹੜੀ ਤੁਹਾਨੂੰ ਏਜੰਟਸ ਪਿਲਾ ਰਹੇ ਨੇ ਉਸ ਰਿਗਾਰਡਿੰਗ ਤੁਸੀਂ ਉਹਨਾਂ ਨੂੰ ਹਜੇ ਨਾ ਓਪਟ ਕਰੋ ਕਿਉਂਕਿ ਹਜੇ ਇੰਡੀਆ ਉਸ ਲਿਸਟ ਦੇ ਵਿੱਚ ਨਹੀਂ ਹੈ। ਬਿਲਕੁਲ ਸਹੀ ਗਾਈਡੈਂਸ ਦਿੱਤੀ ਹੈ। ਸੋ ਬੈਟਰ ਜਾਣਕਾਰੀ ਲਈ ਮੈਂ ਹਮੇਸ਼ਾ ਆਪਣੇ ਹਰ ਕਲਾਇੰਟ ਨੂੰ ਇਹੀ ਕਹਿੰਦੀ ਹਾਂ ਏਜੰਟ ਦੀ ਜ਼ੁਬਾਨਾਂ 'ਤੇ ਯਕੀਨ ਨਾ ਕਰਿਆ ਕਰੋ, ਸਾਰੀ ਚੀਜ਼ਾਂ ਇੰਟਰਨੈਟ 'ਤੇ ਹੈ। ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਚੈੱਕ ਕਰਦੀ ਹੈ। ਸੋ ਉਹ ਨੌਜਵਾਨ ਪੀੜ੍ਹੀ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਹਰ ਅੰਬੈਸੀ ਦੀ ਇੱਕ ਵੈਬਸਾਈਟ ਹੈ। ਕੈਨੇਡਾ ਅੰਬੈਸੀ ਦੀ ਵੈਬਸਾਈਟ cic.gc.ca ਹੈ, ਆਸਟ੍ਰੇਲੀਆ ਦੀ imi.gov.au ਹੈ। ਸੋ ਪਲੀਜ਼ ਤੁਸੀਂ ਆਸਟ੍ਰੇਲੀਆ ਦੀ ਵੈਬਸਾਈਟ ਚੈੱਕ ਕਰੋ ਜਿੱਥੇ ਕਲੀਅਰਲੀ ਲਿਖਿਆ ਹੋਇਆ ਕਿ ਵਰਕਿੰਗ ਹੋਲੀਡੇ ਵੀਜ਼ਾ ਦੇ ਅੰਦਰ ਇਹ ਕੰਟਰੀਆਂ ਆਉਂਦੀ ਹੈ ਜਿਹਦੇ 'ਚ ਆਈ ਬਟਨ ਦਬਾਇਓ, ਆਈ ਤੋਂ ਇੰਡੀਆ, ਪਰ ਆਈ ਤੋਂ ਇੰਡੀਆ ਨਹੀਂ, ਉੱਥੇ ਆਈ ਤੋਂ ਇੰਡੋਨੇਸ਼ੀਆ ਜਾਂ ਤੁਹਾਨੂੰ ਹੋਰ ਕੰਟਰੀਜ਼ ਦਿਖਣਗੀ, ਇੰਡੀਆ ਦਾ ਨਾਮ ਹਾਲੇ ਤੱਕ ਉਹਦੇ 'ਚ ਸ਼ਾਮਿਲ ਨਹੀਂ ਹੋਇਆ। ਜੋ ਕਿ ਪਰ ਇਹ ਹੈ ਕਿ ਅਫਵਾਹ ਫੈਲੀ ਹੈ ਤਾਂ ਕੁਛ ਹੁੰਦਾ ਤਾਂ ਹੀ ਅਫਵਾਹ ਫੈਲਦੀ ਹੈ। ਸੋ ਜ਼ਰੂਰ ਸ਼ਾਮਿਲ ਹੋਊਗਾ, ਨਿਊਜ਼ 'ਚ ਵੀ ਇਹੀ ਆਇਆ ਹੋਇਆ ਕਿ ਸੂਨ ਇੰਡੀਆ ਦਾ ਨਾਮ ਜਿਹੜਾ ਉਹਦੇ 'ਚ ਆਊਗਾ, ਪਰ ਹਾਲੇ ਉਹ ਆਇਆ ਨਹੀਂ ਹੈ। ਸੋ ਧਿਆਨ ਰੱਖਿਓ ਆਪਣੇ ਮਾਪਿਓ ਦੀ ਕਮਾਈ ਹੋਈ ਪੈਸੇ ਏਜੰਟਾਂ ਨੂੰ ਦੇ ਕੇ ਬਰਬਾਦ ਨਾ ਕਰਿਓ ਕਿਉਂਕਿ ਹਾਲੇ ਤੱਕ ਲਿਸਟ ਨਾਮ ਆਇਆ ਨਹੀਂ, ਆ ਜਾਏ
ਤਾਂ ਕੱਲ ਹੀ ਆ ਜਾਏ, ਨਾ ਹੀ ਤਾਂ ਹਲੇ 2 ਮਹੀਨੇ ਹੋਰ ਨਾ ਆਏ। ਸੋ ਪਲੀਜ਼ ਇਸ ਚੀਜ਼ ਦਾ ਧਿਆਨ ਰੱਖਿਓ, ਸਾਈਟ ਚੈੱਕ ਕਰਨ ਦੇ ਬਾਅਦ ਹੀ ਆਪਣਾ ਕੇਸ ਜਿਹੜਾ ਹੈ ਉਹ ਗਾਂ ਏਜੰਟ ਨੂੰ ਫੜਾਇਓ। ਸੋ ਦੱਸਣਾ ਚਾਹਾਂਗੀ ਕਿ ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟਸ ਦੇ ਵਿੱਚ ਫਾਸਟ ਰਾਏਕੋਟ ਆਫਿਸ ਐਂਡ ਲੁਧਿਆਣੇ ਆਫਿਸ ਦੇ ਵਿੱਚ ਤੁਸੀਂ ਸਾਨੂੰ ਮਿਲ ਸਕਦੇ ਹੋ, ਸਾਡੇ ਸਟਾਫ ਮੈਂਬਰਸ ਨੂੰ ਮਿਲ ਸਕਦੇ ਹੋ ਜੋ ਕਿ ਬਹੁਤ ਹੀ ਐਕਸਪਰਟਾਈਜ਼ ਨੇ, ਐਂਡ ਸਭ ਤੋਂ ਵੱਡੀ ਗੱਲ ਹੈ ਤੁਸੀਂ ਰਜਤ ਸਰ ਅਤੇ ਮੈਨੂੰ ਵੀ ਮਿਲ ਸਕਦੇ ਹੋ, ਅਸੀਂ ਆਫਿਸ ਹੀ ਹੁੰਦੇ ਹਾਂ। ਸੋ ਤੁਸੀਂ ਆਓ ਐਂਡ ਸਾਨੂੰ ਆ ਕੇ ਆਪਣੀ ਵੀਜ਼ੇ ਦੀ ਕੁਐਰੀ ਪੁੱਛੋ, ਐਂਡ ਇਹ ਮੇਰਾ ਵਾਅਦਾ ਹੈ ਤੁਹਾਡੇ ਨਾਲ ਕਿ ਤੁਹਾਨੂੰ ਵੀਜ਼ਾ ਮੈਂ ਦਵਾਵਾਂਗੀ ਜੇ ਤੁਹਾਡਾ ਪ੍ਰੋਫਾਈਲ ਸਟਰੋਂਗ ਹੈ, ਜੇ ਤੁਹਾਡੇ ਬੱਚੇ ਉੱਥੇ ਰਹਿੰਦੇ ਨੇ, ਤੁਹਾਡੇ ਭੈਣ ਭਰਾ ਰਹਿੰਦੇ ਨੇ, ਤੁਹਾਡਾ 8 ਵਾਰੀ ਵੀਜ਼ਾ ਰਿਫਿਊਜ਼ ਹੋਇਆ ਹੋਵੇ ਜਾਂ 10 ਵਾਰੀ, ਮੈਂ ਚੈਲੇਂਜ ਲੈਂਦੀ ਹਾਂ, ਫਾਸਟ ਵੀਜ਼ਾ ਇਮੀਗ੍ਰੇਸ਼ਨ ਚੈਲੇਂਜ ਲੈਂਦਾ, ਇੱਕ ਵਾਰੀ ਕਾਲ ਕਰੋ 95-96-33-21-22 ਐਂਡ ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦੀ ਹਾਂ ਵੀ ਤੁਹਾਡਾ ਵੀਜ਼ਾ ਜ਼ਰੂਰ ਹੀ ਆਏਗਾ। ਤੁਸੀਂ ਸਾਨੂੰ ਮੋਰ ਅਪਡੇਟਸ ਵਾਸਤੇ ਸਾਨੂੰ ਫੇਸਬੁੱਕ 'ਤੇ, ਸਾਨੂੰ ਯੂਟਿਊਬ 'ਤੇ, ਇੰਸਟਾਗ੍ਰਾਮ 'ਤੇ ਸਾਨੂੰ ਲਾਈਕ ਵੀ ਕਰ ਸਕਦੇ ਹੋ ਕਿ ਤੁਹਾਨੂੰ ਜੋ ਵੀ ਸਾਡੀ ਡੇਲੀ ਦੀ ਅਪਡੇਟਸ ਹੈ ਜਾਂ ਵੀਡੀਓਜ਼ ਨੇ ਤੁਹਾਨੂੰ ਮਿਲ ਸਕਣ, ਅਤੇ ਤੁਹਾਨੂੰ ਅਪ ਟੂ ਡੇਟ ਤੁਸੀਂ ਵੀ ਰਹਿ ਸਕੋ ਕਿ ਕਿਸ ਬਾਰੇ ਫਾਈਲਿੰਗ ਆਪਾਂ ਲੌਂਚ ਕਰ ਸਕਦੇ ਹਾਂ। ਥੈਂਕ ਯੂ ਸੋ ਮੱਚ ਜੀ। ਫਾਸਟ ਵੀਜ਼ਾ ਇਮੀਗ੍ਰੇਸ਼ਨ ਆਪਣੀ ਟੀਮ ਦੇ ਬਿਨਾਂ ਕੁਛ ਨਹੀਂ ਹੈ, ਐਂਡ ਇਹ ਸਾਡਾ ਪਿਲਰ ਹੈ। ਸੋ ਹੇਅਰ ਵੀ ਆਰ ਵਿਦ ਦ ਟੀਮ ਮੈਂਬਰਸ ਔਫ ਫਾਸਟ ਵੀਜ਼ਾ ਇਮੀਗ੍ਰੇਸ਼ਨ ਲੁਧਿਆਣਾ ਆਫਿਸ। ਸੋ ਲਾਈਕ ਮੇਰੀ ਟੀਮ ਤੁਹਾਡੇ ਨਾਲ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਣਗੇ ਵੀ ਅਸੀਂ ਕੀ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ। ਸੋ ਮਿਸ ਪ੍ਰੀਆ, ਸ਼ੀ ਇਜ਼ ਵਰਕਿੰਗ ਵਿਦ ਮੀ, ਇਹ ਮੇਰੇ ਨਾਲ ਕੰਮ ਕਰ ਰਹੇ ਨੇ ਪਿਛਲੇ 2-3 ਸਾਲਾਂ ਤੋਂ। ਸੋ ਇਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਾ ਚਾਹਣਗੇ ਅਤੇ ਦੱਸਣਾ ਚਾਹਣਗੇ ਦਰਸ਼ਕਾਂ ਨੂੰ ਕਿ ਅਸੀਂ ਕਿਹੜੀ ਕਿਹੜੀ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਅਤੇ ਅਸੀਂ ਕੀ ਕਲਾਇੰਟਸ ਨੂੰ ਗਾਈਡਲਾਈਨਸ ਦਿੰਦੇ ਹਾਂ। ਸ਼ੀ ਇਜ਼ ਅ ਕਾਊਂਸਲਰ ਐਂਡ ਇਹ ਤੁਹਾਨੂੰ ਸਾਰਾ ਗਾਈਡ ਕਰਨਗੇ। ਥੈਂਕ ਯੂ ਸੋ ਮੱਚ ਮੈਮ। ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰੀਆ, ਫਾਸਟ ਵੀਜ਼ਾ ਇਮੀਗ੍ਰੇਸ਼ਨ ਕੰਸਲਟੈਂਟਸ ਤੋਂ। ਮੈਂ ਪਿਛਲੇ 2-3 ਸਾਲ ਤੋਂ ਮੈਮ ਦੇ ਨਾਲ ਬੀਂਗ ਕਾਊਂਸਲਰ ਕੰਮ ਕਰ ਰਹੀ ਹਾਂ, ਠੀਕ ਹੈ। ਐਂਡ ਇਸ ਤੋਂ ਇਲਾਵਾ ਦੱਸਣਾ ਚਾਹੂੰਗੀ ਕਿ ਇਸ ਤੋਂ ਬੈਸਟ ਫਾਈਲਿੰਗ ਹੋਰ ਕਿਤੇ ਹੈ ਨਹੀਂ ਹੈ, ਕਿਉਂਕਿ ਮੈਂ ਖੁਦ 6-7 ਈਅਰਸ ਐਕਸਪੀਰੀਅੰਸ ਹਾਂ। ਇਸ ਤੋਂ ਇਲਾਵਾ ਮੈਂ ਹੋਰ ਵੀ ਕਿੰਨੇ ਇਮੀਗ੍ਰੇਸ਼ਨ 'ਚ ਕੰਮ ਕੀਤਾ ਹੋਇਆ, ਲੇਕਿਨ ਜੋ ਕੰਮ ਇੱਥੇ ਹੈ ਉਹ ਹੋਰ ਕਿਤੇ ਹੈ ਨਹੀਂ ਹੈ, ਕਿਉਂਕਿ ਇੱਥੇ ਦੇ ਓਨਰਸ ਖੁਦ ਫਾਈਲਿੰਗ ਕਰਦੇ ਨੇ। ਬਾਕੀ ਆਫਿਸਿਸ 'ਚ ਤੁਸੀਂ ਦੇਖੋਗੇ ਓਨਰ ਸਿਰਫ ਪ੍ਰੋਫਿਟ ਬੈਕਆਊਟ ਕਮਾਉਂਦੇ ਨੇ, ਹੋਰ ਕੁਛ ਨਹੀਂ। ਉਹਨਾਂ ਨੂੰ ਸਿਰਫ ਇਹ ਹੁੰਦਾ ਕਿ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਬਿਜ਼ਨਸ ਲੈ ਕੇ ਆਓ, ਪੈਸੇ ਕਮਾਓ, ਠੀਕ ਹੈ। ਬਟ ਇੱਥੇ ਇੱਦਾਂ ਦੀ ਬਿਲਕੁਲ ਚੀਜ਼ ਨਹੀਂ ਹੈਗੀ ਹੈ। ਓਨਰਸ ਖੁਦ ਬੈਠ ਕੇ ਕੰਮ ਕਰਦੇ ਨੇ, ਇਹ ਨਹੀਂ ਹੈ ਕਿ ਵੀ ਇਹ ਸੈਲਰੀਜ਼ ਨਹੀਂ ਦੇ ਸਕਦੇ, ਫਾਈਲਿੰਗ ਆਫਿਸਰਸ ਹਾਇਰ ਨਹੀਂ ਕਰ ਸਕਦੇ, ਬਿਲਕੁਲ ਕਰ ਸਕਦੇ ਨਹੀਂ। ਲੇਕਿਨ ਇਹਨਾਂ ਹੈ ਕਿ ਵੀ ਕਿਸੇ ਦੂਸਰੇ ਤੋਂ ਕੰਮ ਕਰਵਾ ਕੇ ਇਹਨਾਂ ਨੂੰ ਸਬਰ ਨਹੀਂ ਆਉਂਦਾ, ਤਾਂ ਕਰਕੇ ਤੁਸੀਂ ਦੇਖ ਵੀ ਸਕਦੇ ਹੋ ਸਾਡੇ ਕਿੰਨੇ ਕਲਾਇੰਟਸ ਇੱਥੇ ਵਿਜ਼ਿਟ ਕਰਦੇ ਨੇ। ਉਹਨਾਂ ਨੂੰ ਅਸੀਂ ਸਪੈਸ਼ਲੀ ਦੱਸਦੇ ਹਾਂ ਵੀ ਮੈਮ ਖੁਦ ਬੈਠ ਕੇ ਫਾਈਲਿੰਗ ਕਰਦੇ ਨੇ, ਵੀ ਇਹ ਨਹੀਂ ਹੈਗਾ ਕਿ ਵੀ ਉਹਨਾਂ ਕੋਲ ਟਾਈਮ ਕੁਝ ਜ਼ਿਆਦਾ, ਲੇਕਿਨ ਇਹਨਾਂ ਹੈ ਕਲਾਇੰਟ ਦੀ ਕੇਅਰ ਕੁਝ ਜ਼ਿਆਦਾ। ਇਸ ਕਰਕੇ ਹੀ ਤੁਸੀਂ ਜੇ ਕਦੀ ਵੀ ਸੋਚ ਰਹੇ ਹੋ ਵੀਜ਼ਾ ਦੇ ਲਈ, ਤਾਂ ਐਨੀ ਟਾਈਮ ਇੱਕ ਵਾਰੀ ਫਾਸਟ ਵੀਜ਼ਾ ਦੇ ਲਈ ਜ਼ਰੂਰ ਸੋਚੋ ਸਰ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਮੈਮ। ਐਂਡ ਇੱਕ ਹੋਰ ਬਹੁਤ ਹੀ ਤਜ਼ੁਰਬੇਦਾਰ ਸਟਾਫ ਮੇਰਾ ਜਿਹਦੇ ਨਾਲ ਮੈਂ ਤੁਹਾਨੂੰ ਮਿਲਾਉਣਾ ਚਾਹਾਂਗੀ, ਐਂਡ ਮੇਰੇ ਆਫਿਸ ਆ ਕੇ ਵੀ ਤੁਸੀਂ ਉਹਨਾਂ ਨੂੰ ਜ਼ਰੂਰ ਮਿਲਿਓ, ਮਿਸਿਸ ਰਾਜਵਿੰਦਰ ਕੌਰ। ਸੋ ਰਾਜਵਿੰਦਰ ਜੀ, ਆਪਣੇ ਐਕਸਪੀਰੀਅੰਸ ਸ਼ੇਅਰ ਕਰਨਾ ਚਾਹੋਗੇ ਫਾਸਟ ਵੀਜ਼ਾ ਨਾਲ, ਐਂਡ ਅਸੀਂ ਕੀ ਗਾਈਡਲਾਈਨਸ ਦਿੰਦੇ ਹਾਂ ਕਲਾਇੰਟਸ ਨੂੰ ਜਾਂ ਸਟਾਫ ਨੂੰ, ਦੱਸਣਾ ਚਾਹੋਗੇ ਪਲੀਜ਼? ਹਾਂਜੀ ਸਰ, ਸਤਿ ਸ਼੍ਰੀ ਅਕਾਲ, ਮੇਰਾ ਨਾਮ ਰਾਜਵਿੰਦਰ ਕੌਰ ਹੈ ਅਤੇ ਆਲਮੋਸਟ ਆਈ ਐਮ ਵਰਕਿੰਗ ਵਿਦ ਫਾਸਟ ਵੀਜ਼ਾ ਇਮੀਗ੍ਰੇਸ਼ਨ ਸਿੰਸ 2015, ਅਤੇ ਮੇਰਾ ਇਹ ਆਲਮੋਸਟ ਜੋ ਜਰਨੀ ਸੀ, ਇਟ ਇਜ਼ ਬੀਂਗ ਅ ਵੈਰੀ ਗੁੱਡ ਐਕਸਪੀਰੀਅੰਸ ਵੈਲ ਵਰਕਿੰਗ ਵਿਦ ਉਪਾਸਨਾ ਮੈਮ ਐਂਡ ਰਜਤ ਸਰ। ਐਂਡ ਵੈਨ ਆਈ ਜੁਆਇਨ ਦਾ ਆਫਿਸ, ਮੀਨਸ ਮੇਰਾ ਜੋ ਐਕਸਪੀਰੀਅੰਸ ਸੀ ਉਹਨਾਂ ਨਹੀਂ ਸੀ ਜਿੰਨਾ ਕੋਨਫੀਡੈਂਸ ਮੈਨੂੰ ਅੱਜ ਆ, ਅਤੇ ਹਮੇਸ਼ਾ ਸਾਡੀਆਂ ਇਹੀ ਕੋਸ਼ਿਸ਼ ਰਹੀ ਹੈ ਕਿ ਲਾਈਕ ਅਸੀਂ ਜਿੰਨੇ ਵੀ ਸਾਡੇ ਕਲਾਇੰਟ ਸਾਡੇ ਕੋਲ ਆਉਣ, ਹਰ ਇੱਕ ਦਾ ਆਪਣਾ ਆਪਣਾ ਡਰੀਮ ਡੈਸਟੀਨੇਸ਼ਨਸ ਹੁੰਦਾ ਹੈ, ਮਜੋਰਿਟੀ 'ਚ ਹਰ ਇੱਕ ਦਾ ਅੱਜ ਕੱਲ੍ਹ ਡਰੀਮ ਡੈਸਟੀਨੇਸ਼ਨ ਕੈਨੇਡਾ ਆ, ਇੱਧਰ ਉਹ ਸਟੱਡੀ ਵੀਜ਼ਾ ਆ ਜਾਂ ਓਪਨ ਸਪਾਊਸ ਵਰਕ ਵੀਜ਼ਾ ਆ ਜਾਂ ਟੂਰਿਸਟ ਵੀਜ਼ਾ ਆ ਜਾਂ ਪੀ ਆਰ ਰਿਲੇਟਿਡ ਆ। ਅਸੀਂ ਹਮੇਸ਼ਾ ਜਿਹੜੀਆਂ ਸਰਵਿਸਿਜ ਦੇਈਦੀਆਂ ਨੇ ਵੈਰੀ ਫੇਅਰ ਐਂਡ ਸਕੇਅਰ ਸਰਵਿਸਿਜ਼ ਦੇਈਦੀਆਂ, ਐਂਡ ਪਲੱਸ ਸਰਵਿਸਿਜ਼ ਦੇ ਨਾਲ ਨਾਲ ਅਸੀਂ ਪੇਪਰ ਡਾਕੂਮੈਂਟੇਸ਼ਨਸ ਕਿ ਉਹਨਾਂ ਦੀ ਪ੍ਰੋਫਾਈਲ ਦੇ ਰਿਗਾਰਡਿੰਗ ਕਿਹੜੇ ਕਿਹੜੇ ਡਾਕੂਮੈਂਟਸ ਨੇ, ਉਹਨਾਂ ਦੀ ਪ੍ਰੋਫਾਈਲ ਨੂੰ ਆਪਾਂ ਕਿੱਦਾਂ ਸਟਰੋਂਗ ਕਰ ਸਕਦੇ ਹਾਂ ਰਿਗਾਰਡਿੰਗ, ਜਿਵੇਂ ਹੋਟਲ ਬੁਕਿੰਗ 'ਤੇ ਮਜੋਰਿਟੀ 'ਚ ਇਹ ਚੀਜ਼ ਮਿਥ ਹੁੰਦੀ ਹੈ ਕਿ ਹੋਟਲ ਬੁਕਿੰਗ 'ਤੇ ਵੀਜ਼ਾਜ਼ ਨਹੀਂ ਆਉਂਦੇ, ਬਟ ਇੱਦਾਂ ਦਾ ਨਹੀਂ ਹੈ, ਹੋਟਲ ਬੁਕਿੰਗ 'ਤੇ ਵੀ ਵੀਜ਼ਾਜ਼ ਆਉਂਦੇ ਨੇ ਜੇ ਤੁਹਾਡੀਆਂ ITRs ਅੱਛੀਆਂ ਨੇ, ਜੇ ਤੁਹਾਡੇ ਫੰਡਸ ਅੱਛੇ ਨੇ, ਤਾਂ ਡੈਫੀਨੇਟ ਹੈ ਤੁਸੀਂ ਉਹਦੇ 'ਤੇ ਵੀ ਵੀਜ਼ਾ ਅਪਲਾਈ ਕਰ ਸਕਦੇ ਹੋ। ਬਾਕੀ ਕਈ ਵਾਰੀ ਕੀ ਹੁੰਦਾ ਕਿ ਕਲਾਇੰਟਸ ਨੂੰ ਗਾਈਡੈਂਸ ਨਹੀਂ ਹੁੰਦੀ ਕਿ ਅਸੀਂ ਕੀ ਡਾਕੂਮੈਂਟਸ ਲਗਾਏ ਦੇ ਆ, ਸੋ ਅਸੀਂ ਸਟਾਰਟਿੰਗ ਤੋਂ ਲੈ ਕੇ ਉਹ ਚਾਹੇ ਉਹਦੇ ਵੀਜ਼ਾ ਦੀ ਸਰਵਿਸਿਜ਼ ਤੋਂ ਬਾਅਦ ਵੀ ਅਗਰ ਉਹਨਾਂ ਨੂੰ ਕੋਈ ਵੀ ਜ਼ਰੂਰਤ ਹੋਵੇ ਤਾਂ ਅਸੀਂ ਜ਼ਰੂਰ ਹੈਲਪ ਕਰਦੇ ਹਾਂ। ਐਂਡ ਅਨਦਰ ਥਿੰਗ ਇਜ਼ ਦੈਟ ਕਿ ਉਪਾਸਨਾ ਮੈਮ ਇਜ਼ ਹੈਵਿੰਗ ਅ ਵੈਰੀ ਗੁੱਡ ਐਕਸਪੀਰੀਅੰਸ ਨੋਟ ਆਫ ਫਾਈਲਿੰਗ, ਲਾਈਕ ਆਫ ਐਵਰੀਥਿੰਗ,
ਕਿ ਆਈਦਰ ਉਹ ਰਿਫਿਊਜ਼ਲ ਕੇਸਿਸ ਨੇ ਜਾਂ ਸਟੱਡੀ ਵੀਜ਼ਾ ਦੇ ਰਿਲੇਟਿਡ ਨੇ, ਮੀਨਸ ਇਫ ਸ਼ੀ ਸੈਡ ਕਿ ਹਾਂਜੀ ਕਿ ਫਾਈਲਿੰਗ ਹੋ ਸਕਦੀ ਹੈ, ਬਿਕੋਜ਼ ਅਸੀਂ ਕਦੇ ਕਲਾਇੰਟਸ ਨੂੰ ਖੁਦ ਨਹੀਂ ਕਦੇ ਕਹਿੰਦੇ ਕਿ ਹਾਂਜੀ ਤੁਹਾਡਾ ਫਾਈਲ ਅਸੀਂ ਲਵਾਂਗੇ 101% ਸ਼ੋਰਿਟੀ ਹੈ। ਸ਼ੋਰਿਟੀ ਅਸੀਂ ਕਰਦੇ ਹਾਂ ਫਾਈਲਿੰਗ ਦੀ, ਬਿਕੋਜ਼ ਜੋ ਤੁਹਾਨੂੰ ਵੀਜ਼ਾ ਆਉਣਾ ਦੈਟ ਇਜ਼ ਔਨ ਦਾ ਬੇਸਿਸ ਆਫ ਯੂਅਰ ਫਾਈਲ, ਬਿਕੋਜ਼ ਤੁਸੀਂ ਖੁਦ ਵੀਜ਼ਾ ਆਫਿਸਰ ਦੇ ਸਾਹਮਣੇ ਜਾ ਕੇ ਆਪਣੇ ਆਪ ਨੂੰ ਰਿਪ੍ਰਜੈਂਟ ਨਹੀਂ ਕਰਦੇ, ਜੋ ਤੁਹਾਡੀ ਰਿਪ੍ਰਜੈਂਟੇਸ਼ਨ ਉਹ ਤੁਹਾਡੀ ਫਾਈਲਸ ਦੇ ਥਰੂ ਹੁੰਦੀ ਹੈ। ਅਤੇ ਅਸੀਂ ਹਮੇਸ਼ਾ ਹਰ ਇੱਕ ਕਲਾਇੰਟ ਦੇ ਨਾਲ ਮਤਲਬ 3 to 4 ਘੰਟੇ ਸਾਨੂੰ ਇੱਕ ਕਲਾਇੰਟ ਦੀ ਫਾਈਲ ਨੂੰ ਲੱਗਦੇ ਆ। ਸੋ ਦੈਟ ਇਜ਼ ਅ ਰੀਜ਼ਨ ਕਿ ਅਸੀਂ ਉਸ ਫਾਈਲ ਦੇ ਵਿੱਚ ਉਹ ਕੁਛ ਸਰਵਿਸਿਸ ਕਰਦੇ ਹਾਂ, ਉਹ ਕੁਛ ਫੈਸਿਲਿਟੀਜ਼ ਐਡ ਆਨ ਕਰਦੇ ਹਾਂ ਜਿਹਦੇ ਬੇਸਿਸ 'ਤੇ ਕਲਾਇੰਟਸ ਨੂੰ ਵੀਜ਼ਾਜ਼ ਮਿਲਦੇ ਨੇ। ਸੋ ਦੈਟ ਇਜ਼ ਅ ਰੀਜ਼ਨ ਕਿ ਸਾਡੇ ਜੋ ਵੀਜ਼ਾ ਰੇਟਸ ਨੇ ਉਹ ਐਜ਼ ਕੰਪੇਅਰ ਟੂ ਅਦਰ ਇਮੀਗ੍ਰੇਸ਼ਨਸ ਜ਼ਿਆਦਾ ਹਾਈ ਨੇ। ਥੈਂਕ ਯੂ। ਥੈਂਕ ਯੂ ਸੋ ਮੱਚ। ਥੈਂਕ ਯੂ ਸੋ ਮੱਚ ਮੈਮ। ਮੈਂ ਆਪਣੇ ਹਰ ਇੱਕ ਸਟਾਫ ਦਾ ਮੈਂਬਰ ਦਾ ਬਿਲਕੁਲ ਥੈਂਕਸ ਕਰਨਾ ਚਾਹੁੰਦਾ ਵਾਂ ਕਿ ਜੋ ਇਹਨਾਂ ਨੇ ਇੰਨਾ ਅੱਛਾ ਸਾਡੇ ਬਾਰੇ ਦੱਸਿਆ ਕਿਹਾ, ਕਿਉਂਕਿ ਇਹ ਸਾਡੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਨੇ ਅਤੇ ਸਾਡੇ ਬਾਰੇ ਅੱਛੇ ਤਰੀਕੇ ਨਾਲ ਜਾਣਦੇ ਨੇ। ਜੋ ਅਸੀਂ ਇਹਨਾਂ ਨੂੰ ਗਾਈਡਲਾਈਨਸ ਦਿੰਦੇ ਹਾਂ ਕਿ ਵੈਦਰ ਕਲਾਇੰਟ ਨੂੰ ਕਿਸ ਤਰ੍ਹਾਂ ਗਾਈਡ ਕਰਨਾ ਚਾਹੀਦਾ ਵੈ, ਉਹ ਪ੍ਰੋਪਰਲੀ ਉਹਨਾਂ ਨੂੰ ਉੱਦਾਂ ਗਾਈਡ ਕਰਦੇ ਨੇ ਅਤੇ ਸਹੀ ਰਾਹ ਉਹਨਾਂ ਨੂੰ ਦਿਖਾਉਂਦੇ ਨੇ। ਥੈਂਕ ਯੂ ਸੋ ਮੱਚ ਐਵਰੀ ਟੀਮ ਮੈਂਬਰਸ। ਥੈਂਕ ਯੂ ਸੋ ਮੱਚ। ਐਂਡ ਵੀ ਆਰ ਦ ਫਾਸਟ ਵੀਜ਼ਾ ਐਂਡ ਆਈ ਮਸਟ ਸੇ ਇਫ ਯੂ ਆਰ ਥਿੰਕਿੰਗ ਅਬਾਊਟ ਵੀਜ਼ਾ, ਜੇਕਰ ਤੁਸੀਂ ਵੀਜ਼ੇ ਬਾਰੇ ਸੋਚ ਰਹੇ ਹੋ, ਤੁਹਾਡੇ ਦਿਮਾਗ 'ਚ ਇੱਕੋ ਹੀ ਨਾਮ ਆਉਣਾ ਚਾਹੀਦਾ ਸਭ ਤੋਂ ਪਹਿਲਾਂ, ਉਹ ਹੈ ਫਾਸਟ ਵੀਜ਼ਾ ਇਮੀਗ੍ਰੇਸ਼ਨ। ਹਿਪ ਹਿਪ ਹੁਰੇ, ਹਿਪ ਹਿਪ ਹੁਰੇ, ਹਿਪ ਹਿਪ ਹੁਰੇ।